ਹਾਂਜੀ, ਰਾਮ ਰਾਮ ਜੀ, ਜੈ ਸ਼੍ਰੀ ਸ਼ਾਮ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਿਹਰ ਕਰਿਓ ਮਹਾਰਾਜ, ਸਭ 'ਤੇ ਸਭ ਦਾ ਭਲਾ ਕਰਿਓ, ਕਿਰਪਾ ਕਰਿਓ, ਸਭ ਦੇ ਕਾਰੋਬਾਰ ਚੜ੍ਹਦੇ ਕਰਿਓ ਜੀ। ਅੱਜ ਧਵਨ ਸੂਟ ਐਂਡ ਸਾੜੀ ਮੇਨ ਬਜ਼ਾਰ ਰੋਪੜ ਤੋਂ ਜੀ ਤੁਹਾਡੇ ਲਈ ਨਵੇਂ ਨਵੇਂ ਸੋਹਣੇ ਸੋਹਣੇ ਸੂਟ ਲੈ ਕੇ ਆਈ ਹਾਂ ਜੀ। ਇਸ ਵੀਡੀਓ ਦੇ ਵਿੱਚ ਜੀ ਤੁਹਾਨੂੰ ਨਵੀਂ ਵਰਾਇਟੀ ਦਿਖਾਵਾਂਗਾ ਜੀ, ਜਿਹਦਾ ਮੈਂ ਪ੍ਰਾਈਜ਼ ਹੋਏਗਾ ਜੀ 2500 ਤੋਂ ਲੈ ਕੇ ਜੀ 6500 ਵਾਲੀ ਰੇਂਜ ਦਿਖਾਵਾਂਗਾ ਜੀ। ਬੁਟੀਕ ਆਰਟੀਕਲ ਹੋਣਗੇ ਮੈਡਮ, ਸੈਲੀਬ੍ਰਿਟੀ ਸੂਟ ਹੋਣਗੇ ਜੀ, ਬਹੁਤ ਸੋਹਣੇ ਸੋਹਣੇ ਸੂਟ ਦਿਖਾਵਾਂਗਾ ਜੀ। ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ। ਤੁਹਾਡੇ ਘਰ ਮੈਰਿਜ ਫੰਕਸ਼ਨ ਹੈ ਜੀ ਤਾਂ ਤੁਸੀਂ ਵੀਡੀਓ ਨੂੰ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ। ਨਵਾਂ ਕੱਪੜਾ, ਨਵਾਂ ਵਰਕ, ਨਵੇਂ ਨਵੇਂ ਰੰਗਾਂ ਮੈਂ ਚੀਜ਼ ਤੁਹਾਡੇ ਲਈ ਚੀਜ਼ਾਂ ਲੈ ਕੇ ਆਇਆ ਜੀ। ਇਕੱਲੀ ਇਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਜੀ ਕਲੋਜ਼ ਤੋਂ ਜੀ। ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ। ਜਿਹੜਾ ਪੀਸ ਵਧੀਆ ਲੱਗਿਆ ਜੀ, ਆਹ ਸਾਡੇ ਦੀਦੀ 3 ਨੰਬਰ ਚੱਲਦੇ ਪਏ ਨੇ ਜੀ, ਤਿੰਨਾਂ 'ਚੋਂ ਜਿਹੜੇ ਮਰਜ਼ੀ 1 ਨੰਬਰ ਦੇ ਉੱਪਰ ਜੀ ਤੁਸੀਂ ਸਕਰੀਨਸ਼ੋਟ ਲੈ ਕੇ ਸੈਂਡ ਕਰ ਦਿਓ ਜੀ। ਸਾਰੀ ਨਵੀਂ ਕਲੈਕਸ਼ਨ ਹੈ ਜੀ, ਨਵੀਂ ਵਰਾਇਟੀ ਹੈ ਜੀ। ਨਵੀਆਂ ਨਵੀਆਂ ਚੀਜ਼ਾਂ ਦੇਖਣ ਲਈ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਜਿਹੜਾ ਬੈਲ ਆਈਕਨ ਹੈ ਜੀ ਨੋਟੀਫਿਕੇਸ਼ਨ ਵਾਲਾ ਜੀ, ਉਹਨੂੰ ਔਨ ਕਰ ਲਓ ਕਿ ਤਾਂ ਜੋ ਜਿਹੜੀ ਨਵੀਂ ਵਰਾਇਟੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਜੀ। ਆਓ ਜੀ, ਅੱਜ ਵੀਡੀਓ ਸ਼ੇਅਰ ਕਰਦੇ ਹਾਂ ਜੀ, ਸ਼ੇਅਰ ਕਰ ਦਿਓ ਜੀ ਵੀਡੀਓ ਨੂੰ। ਸ਼ੁਕਰੀਆ ਜੀ, ਆਓ ਦਿਖਾਈਏ ਜੀ। ਆਓ ਜੀ, ਦੱਸੀ ਭਾਅ ਜੀ, ਸੋਹਣੇ ਸੋਹਣੇ ਸੂਟ ਜੀ, ਬਹੁਤ ਵਧੀਆ, ਹਰ ਰੋਜ਼ ਨਵੀਂ ਕਲੈਕਸ਼ਨ ਤੁਹਾਡੇ ਲਈ ਜੀ। ਆ ਜਾਓ ਜੀ, ਜੈ ਸ਼੍ਰੀ ਸ਼ਾਮ, ਕਰਿਓ ਮਹਾਰਾਜ ਕਿਰਪਾ। ਖੋਲ੍ਹੋ ਜੀ, ਸਭ ਤੋਂ ਪਹਿਲਾਂ ਆਰਟੀਕਲ ਖੋਲ੍ਹੋ ਜੀ। ਇਹ ਦੀਦੀ ਮੈਂ ਜਿਹਨੂੰ ਤੁਹਾਨੂੰ ਜਿਹੜੇ ਸਭ ਤੋਂ ਪਹਿਲਾਂ ਆਰਟੀਕਲ ਦਿਖਾਉਣ ਲੱਗਿਆ ਜੀ, ਇਹ ਦੀਦੀ ਸਾਰੇ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਆਰਟੀਕਲ ਦਿਖਾਵਾਂਗਾ ਜੀ। ਕੁਛ ਰਿਪੀਟ ਵਾਲੇ ਆਰਟੀਕਲ ਵੀ ਦਿਖਾਊਂਗਾ ਜੀ, ਜਿਹੜੇ ਸਾਡੇ ਸੁਪਰ ਸੇਲਿੰਗ 'ਚ ਹੈ ਜੀ, ਸੁਪਰ ਸੇਲ 'ਚ ਆਪਣੇ ਪੀਸ ਵਿਕਦੇ ਆ ਜੀ, ਤੁਸੀਂ ਉਹਨਾਂ 'ਚੋਂ ਵੀ ਔਡਰ ਕਰ ਸਕਦੇ ਹੋ ਜੀ। ਨਵੀਂ ਕਰੈਕਸ਼ਨ ਦਿਖਾਊਂਗਾ ਜੀ ਕਿ ਤੁਹਾਨੂੰ ਇੱਕ ਤੋਂ ਇੱਕ ਚੀਜ਼ਾਂ ਨਵੀਆਂ ਆਉਣਗੀਆਂ ਜੀ। ਦੀਦੀ ਇਹ ਬੇਸ ਹੈ ਜੀ ਟੈਬੀ ਲਾਈਨਿੰਗ ਜੀ, ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇਸ ਵੀਡੀਓ 'ਚ ਕੱਪੜਾ ਵੀ ਕਲੀਅਰ ਕਰ ਸਕਾਂ ਜੀ ਕਿ ਕਿਹੜਾ ਕੱਪੜਾ ਜੀ, ਕਿਹੜਾ ਵਰਕ ਹੈ, ਔਰ ਹਰ ਚੀਜ਼ ਤੁਹਾਨੂੰ ਪ੍ਰੋਪਰ ਦਿਖਾ ਸਕਾਂ ਜੀ। ਐ ਲਓ ਦੀਦੀ, ਦੀਦੀ ਇਹਦੀ ਬੋਟਮ ਚੈੱਕ ਕਰੋ, ਦੀਦੀ ਟੈਬੀ ਲਾਈਨਿੰਗ ਦੇ ਉੱਪਰ ਇਹ ਪੀਸ ਬਣਿਆ ਹੋਇਆ ਦੀਦੀ। ਐ ਲਓ, ਇਹਦੇ ਨੈਕ ਦੇ ਉੱਪਰ ਵਰਕ ਆਉਣਾ ਦੀਦੀ, ਅਤੇ ਇਹਦੀ ਬੋਟਮ ਦੇ ਉੱਪਰ ਵਰਕ ਆਉਣਾ ਦੀਦੀ। ਬਹੁਤ ਸੋਹਣਾ ਪੀਸ ਹੈ ਜੀ, ਬਹੁਤ ਸ਼ਾਨਦਾਰ ਆਰਟੀਕਲ। ਅਤੇ ਦੀਦੀ ਇਹਦਾ ਦੁਪੱਟਾ ਚੈੱਕ ਕਰੋ ਜੀ, ਡਿਜੀਟਲ ਇਹਦਾ ਦੁਪੱਟਾ ਹੈ ਜੀ, ਅਲਟੀਮੇਟ ਆਰਟੀਕਲ ਹੈ ਦੀਦੀ। ਦੀਦੀ ਇਹਦਾ ਜਿਹੜਾ ਸ਼ੋਪ ਦਾ ਰੇਟ ਹੈ ਜੀ ਉਹ 4000 ਰੁਪਏ ਹੈ ਜੀ, ਇਹ 3900 ਰੁਪਏ ਹੈ ਜੀ, 4000 ਰੁਪਏ ਇਨਕਲੂਡਿੰਗ ਸ਼ਿਪਿੰਗ ਹੈ ਜੀ। ਲਓ ਦੀਦੀ, ਇਹਦੇ ਕਲਰ ਖੋਲ੍ਹ ਦਿਓ ਜੀ ਫਟਾਫਟ ਜੀ, ਹੁਣ ਥੋੜ੍ਹੀ ਜਿਹੀ ਹਿੰਮਤ ਨਾਲ ਦਿਖਾਉਣੀ ਸ਼ੁਰੂ ਕਰੋ ਜੀ ਵਰਾਇਟੀ। ਇਹ ਸਾਰੀਆਂ ਚੀਜ਼ਾਂ ਡਿਫਰੈਂਟ ਹੋਣਗੀਆਂ ਜੀ, ਸਾਰੀਆਂ ਨਵੀਆਂ ਨਵੀਆਂ ਚੀਜ਼ਾਂ ਹੋਣਗੀਆਂ ਜੀ। ਗਰਲਿਸ਼ ਬੁਟੀਕ ਆਰਟੀਕਲ ਬਹੁਤ ਸਾਰੇ ਨੇ ਜੀ, ਪਾਰਟੀ ਵੇਅਰ ਸੂਟ ਜੀ, ਇਹ ਟੈਬੀ ਲਾਈਨਿੰਗ ਕੱਪੜੇ ਦੇ ਉੱਪਰ ਹੈ ਜੀ। ਇਹਦੇ ਬਾਅਦ ਤੁਹਾਨੂੰ ਸ਼ਿਮਰ ਵੀ ਦਿਖਾਊਂਗਾ, ਔਰਗੈਂਜ਼ਾ ਵੀ ਦਿਖਾਊਂਗਾ, ਕਰੇਪ ਵੀ ਦਿਖਾਊਂਗਾ ਜੀ। ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਜੀ ਤੁਸੀਂ ਉਹ ਚੀਜ਼ ਲੈ ਸਕਦੇ ਹੋ ਜੀ। ਐਜ ਦੀ ਚੈੱਕ ਕਰੋ, ਇਹਦੀ ਬੋਟਮ ਦੇ ਉੱਪਰ ਵਰਕ ਜੀ, ਅਤੇ ਫਰੰਟ ਨੈਕ ਦੇ ਉੱਪਰ ਵਰਕ ਦੀਦੀ, ਦੁਪੱਟਾ ਬਹੁਤ ਸ਼ਾਨਦਾਰ ਜੀ। ਹੈਲੋ ਦੀਦੀ, ਆਹ ਦੁਪੱਟਾ ਚੈੱਕ ਕਰੋ, ਬਹੁਤ ਅਲਟੀਮੇਟ ਹੈ ਦੀਦੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਹਜੇ ਤੱਕ ਤੁਸੀਂ ਨਹੀਂ ਕੀਤਾ। ਹਰ ਰੋਜ਼ ਹੁਣ ਵੈਡਿੰਗ ਸੀਜ਼ਨ ਦੀ ਤਿਆਰੀ ਹੋ ਚੁੱਕੀ ਹੈ ਜੀ, ਹਰ ਰੋਜ਼ ਆਪਾਂ ਤੁਹਾਡੇ ਲਈ ਨਵੇਂ ਨਵੇਂ ਸੂਟ ਲੈ ਕੇ ਆਉਂਦੇ ਹਾਂ ਜੀ। ਜੋ ਤੁਸੀਂ ਅੱਗੇ ਦੇਖਣਾ ਚਾਹੁੰਦੇ ਹੋ ਜੀ, ਤੁਸੀਂ ਕਮੈਂਟ ਕਰਕੇ ਦੱਸੋ ਜੀ, ਅਸੀਂ ਹਰ ਤੁਹਾਡੇ ਇੱਕ ਕਮੈਂਟ ਦੇ ਉੱਪਰ ਗੌਰ ਕਰਾਂਗੇ ਜੀ ਕਿ ਜੋ ਤੁਸੀਂ ਦੇਖਣਾ ਚਾਹੁੰਦੇ ਹੋ, ਜੋ ਸਾਡੇ ਕਸਟਮਰ ਦੀ ਰਿਕੁਆਇਰਮੈਂਟ ਹੈ ਜੀ, ਅਸੀਂ ਅਗਲੀ ਵੀਡੀਓ 'ਚੋਂ ਪੂਰੀ ਕਰਾਂਗੇ ਜੀ। ਹੈਲੋ ਦੀਦੀ, ਆਹ ਪੀਸ ਚੈੱਕ ਕਰੋ, ਇਹ 4000 ਰੁਪਏ ਦੀ ਰੇਂਜ 'ਚ ਦੀਦੀ, ਨੈਕ ਯੂ ਸ਼ੇਪ ਜੀ, ਪੀਸ ਬਹੁਤ ਪਿਆਰਾ ਦੀਦੀ, ਟੈਬੀ ਲਾਈਨਿੰਗ ਦੇ ਉੱਪਰ ਜੀ, ਪੀਸ ਬਹੁਤ ਪਿਆਰਾ ਦੀਦੀ, ਬਹੁਤ ਸ਼ਾਨਦਾਰ ਆਰਟੀਕਲ ਹੈ।
ਬਹੁਤ ਲਾਜਵਾਬ ਆਰਟੀਕਲ ਦੀਦੀ, ਐਲੋਪੀ ਚੈੱਕ ਕਰੋ ਦੀਦੀ, ਪੂਰਾ ਜ਼ਬਰਦਸਤ ਆਰਟੀਕਲ ਹੈ ਦੀਦੀ, ਰੇਂਜ ਮੁਤਾਬਿਕ ਚੀਜ਼ ਬਹੁਤ ਸੋਹਣੀ ਹੈ ਬੇਟੇ। ਆਹ ਚੱਕੋ, ਅਗਲਾ ਖੋਲੋ ਜੀ ਦੀਦੀ, ਪੂਰੀ ਓਵਰ ਕੁਆਂਟਿਟੀ ਮਿਲੇਗੀ ਜੀ ਸਾਡੇ ਕੋਲ ਜੀ ਤੁਹਾਨੂੰ। ਲਓ ਜੀ, ਮੈਂ ਦੀਦੀ ਇੱਦਾਂ ਤੁਹਾਨੂੰ ਵਰਕ ਕਲੋਜ਼ ਤੋਂ ਵੀ ਦਿਖਾਵਾਂਗਾ ਜੀ, ਹੁਣ ਨਾਲ ਦੀ ਨਾਲ ਜੀ ਵਰਕ ਕਲੋਜ਼ ਤੋਂ ਦਿਖਾਈ ਦੇਵਾਂਗਾ ਜੀ। ਖੋਲੋ ਜੀ, ਲਓ ਦੀਦੀ ਚੀਜ਼ਾਂ ਚੈੱਕ ਕਰਿਓ ਜੀ, ਇੱਕ ਤੋਂ ਇੱਕ ਚੀਜ਼ਾਂ ਜੀ। ਇਹ ਲਓ ਜੀ, ਲਓ ਜੀ ਕਹਿੰਦੇ ਦੇਖੀ ਦਾ ਜੀ, ਮੈਂ ਤਾਂ ਨਹੀਂ ਆ ਰਿਹਾ ਵਿੱਚ, ਕੱਪੜਾ ਪੂਰਾ ਡਿਸਪਲੇ ਹੋ ਰਿਹਾ ਨਾ। ਲਓ ਦੀਦੀ ਇਹ ਪੀਸ ਚੈੱਕ ਕਰੋ ਦੀਦੀ, ਇਹ ਕਰੇਪ ਦੀ ਬੋਟਮ ਦੇ ਨਾਲ ਦੀਦੀ, ਇਹਦੀ ਬੋਟਮ ਦੇ ਉੱਪਰ ਸਾਰਾ ਹੈਂਡ ਵਰਕ ਆ ਨਾ ਦੀਦੀ। ਇਹ ਲਓ, ਬਹੁਤ ਸੋਹਣੀ ਬੋਟਮ ਬਣੀ ਹੋਈ ਹੈ ਦੀਦੀ, ਸਾਰਾ ਦਬਕੇ ਦੇ ਨਾਲ ਬੋਟਮ ਬਣੀ ਹੈ ਜੀ। ਇਹਦੀ ਬੋਟਮ ਦੇ ਉੱਪਰ ਕੰਮ ਦੀਦੀ, ਇਹ ਫਰੰਟ ਪੈਨਲ, ਨੈਕ ਦੇ ਉੱਪਰ ਦੀਦੀ ਸਾਰਾ ਟੋਟਲੀ ਹੈਂਡ ਵਰਕ ਜੀ। ਲਓ ਇੱਕ ਪੀਸ ਮੈਨੂੰ ਦਿਖਾਓ ਜੀ, ਮੈਂ ਕਲੋਜ਼ ਤੋਂ ਦਿਖਾਵਾਂ ਜੀ। 4550 ਰੁਪਏ ਦਾ ਰੇਟ ਹੈ ਜੀ, ਇਨਕਲੂਡਿੰਗ ਇੰਡੀਆ ਦੀ ਸ਼ਿਪਿੰਗ ਦੀਦੀ। ਆ ਲਓ ਵਰਕ ਚੈੱਕ ਕਰੋ ਦੀਦੀ, ਬਹੁਤ ਸੁਪਰ ਆਰਟੀਕਲ ਹੈ ਜੀ, ਗਰਲਿਸ਼ ਪੈਟਰਨ ਹੈ ਦੀਦੀ, ਡਬਲ ਸ਼ੇਡ ਹੈ ਜੀ। ਇਹਦੇ ਕਲਰ ਖੋਲ ਦਿਉ ਜੀ। ਇਹ ਲਓ ਦੀਦੀ, ਇਹਦੀ ਲੈਸ ਤੱਕ ਚੈੱਕ ਕਰੋ ਦੀਦੀ, ਮੈਂ ਤੁਹਾਨੂੰ ਇਕੱਲੇ ਇਕੱਲੇ ਪੀਸ ਦੇ ਵਿੱਚ ਸਾਰਾ ਕੁਝ ਦਿਖਾਊਂਗਾ ਜੀ ਕਿ ਇਹਦੇ 'ਚ ਕਿਆ ਫਰਕ ਹੈ ਜੀ। ਲਓ ਜੀ ਕਲਰ ਚੈੱਕ ਕਰੀ ਜਾਓ ਦੀਦੀ, ਬਹੁਤ ਸੋਹਣਾ ਪੀਸ ਹੈ ਜੀ, ਬਹੁਤ ਸ਼ਾਨਦਾਰ ਆਰਟੀਕਲ ਹੈ ਜੀ, ਸਾਰਾ ਪੀਸ ਵਧੀਆ ਜੀ, ਹੈਂਡਮੇਡ ਬਣਿਆ ਹੋਇਆ ਜੀ, ਪਿਓਰ ਸ਼ਿਮਰ ਦੇ ਉੱਪਰ ਹੈ ਦੀਦੀ। ਆ ਲਓ ਆਹ ਪੀਸ ਚੈੱਕ ਕਰੋ ਜੀ, ਇਹਦੇ 'ਚ ਕਲਰ ਬਣੇ ਨੇ ਦੀਦੀ, ਜਿੱਦਾਂ ਦੋ ਦੋ ਤਿੰਨ ਤਿੰਨ ਕਲਰ ਆਣਗੇ ਜੀ, ਡਬਲ ਸ਼ੇਡ ਹੈ ਦੀਦੀ, ਬਿਲਕੁਲ ਡਿਫਰੈਂਟ ਹੈ। ਇਹ ਲਓ ਜੀ, ਇਹਦੀ ਬੋਟਮ ਦੇ ਉੱਪਰ ਕੰਮ ਆਉਣਾ ਹੈ ਜੀ, ਸ਼ਾਨਦਾਰ ਆਰਟੀਕਲ ਦੀਦੀ, ਬਿਲਕੁਲ ਡਿਫਰੈਂਟ ਬੋਟਮ ਕਰਵਾਈ ਹੈ ਜੀ, ਇਹਦੇ ਨੈੱਕ ਦੇ ਉੱਪਰ ਵਰਕ ਜੀ, ਅਲਟੀਮੇਟ ਚੀਜ਼ਾਂ ਨੇ ਜੀ। ਜੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ, ਜੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਜੀ, ਤੁਸੀਂ ਸਾਨੂੰ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸੋ ਜੀ, ਅਸੀਂ ਤੁਹਾਡੀ ਰਿਕੁਆਇਰਮੈਂਟ ਸਾਰੀ ਪੂਰੀ ਕਰਾਂਗੇ ਜੀ, ਅਸੀਂ ਤੁਹਾਡੀ ਸਾਰੀ ਰਿਕੁਆਇਰਮੈਂਟ ਪੂਰੀ ਕਰਾਂਗੇ ਜੀ। ਸੁਪਰ ਚੀਜ਼ਾਂ ਜੀ, ਸ਼ਾਨਦਾਰ ਚੀਜ਼ਾਂ ਜੀ। ਇਹ ਲਓ ਦੀਦੀ, ਆਹ ਕਲਰ ਚੈੱਕ ਕਰੋ, ਜਿਹੜਾ ਕਲਰ ਤੁਹਾਨੂੰ ਵਧੀਆ ਲੱਗਦਾ ਜੀ। ਲਓ ਦੀਦੀ, ਇਹ ਰਸਟ ਦੇ ਨਾਲ ਜੀ ਗ੍ਰੇ ਕਲਰ ਦਾ ਕੰਬੀਨੇਸ਼ਨ ਦੀਦੀ, ਬਿਲਕੁਲ ਯੂਨੀਕ ਜੀ। ਇਹ ਲਓ ਦੀਦੀ, ਨੈਕ ਚੈੱਕ ਕਰੋ, ਕੋਈ ਲੈਂਥ ਇਸ਼ੂ ਨਹੀਂ ਜੀ, ਪੀਸ ਬਹੁਤ ਸੋਹਣਾ ਹੈ, ਬਹੁਤ ਸ਼ਾਨਦਾਰ ਆਰਟੀਕਲ ਹੈ ਜੀ, ਅਲਟੀਮੇਟ ਆਰਟੀਕਲ ਹੈ ਜੀ। ਚੱਕੋ ਜੀ, ਅਗਲਾ ਸੈੱਟ ਖੋਲੋ ਜੀ। ਇਹ ਲਓ ਜੀ, ਇਹ ਇੱਦਾਂ ਹੀ ਚੱਕ ਦਿਓ, ਜਿਹੜਾ ਕਲਰ ਤੁਹਾਨੂੰ ਵਧੀਆ ਲੱਗਦਾ ਦੀਦੀ, ਉਹਦਾ ਸਕਰੀਨਸ਼ੋਟ ਲੈ ਕੇ ਵਟਸਐਪ ਕਰ ਦਿਓ, ਤੁਹਾਨੂੰ ਪੀਸ ਮਿਲ ਜਾਏਗਾ ਜੀ। ਇਹ ਦੀਦੀ, ਇਹਦੇ 'ਚ ਫੈਬਰਿਕ ਲੱਗਿਆ ਹੋਇਆ ਜੀ, ਬਰੋਕਟ ਦੀਦੀ, ਇਹ ਸੋਫਟ ਵਾਲੀ ਬਰੋਕਟ ਹੈ, ਬਹੁਤ ਸ਼ਾਨਦਾਰ ਜੀ। ਬੋਟਮ ਇਹਦੀ ਕਰੇਪ ਦੀ ਆਉਣੀ ਹੈ ਦੀਦੀ, ਪਿਓਰ ਬਰੋਕਟ ਜੀ, ਇੱਕ ਸਿੰਥੈਟਿਕ ਬਰੋਕਟ ਹੁੰਦੀ ਹੈ ਜੀ ਜਿਹੜੀ ਚੁਭਦੀ ਹੈ ਜੀ, ਨਹੀਂ ਜੀ, ਇਹ ਸ਼ਾਨਦਾਰ ਹੈ ਜੀ, ਬਹੁਤ ਸੋਹਣਾ ਪੀਸ ਹੈ ਦੀਦੀ। ਹੈਲੋ ਲਾਜਵਾਬ ਦੀਦੀ, ਹੈਲੋ ਨੈਕ ਚੈੱਕ ਕਰੋ, ਨੈਕ ਦੇ ਉੱਪਰ ਵਰਕ ਦੀ ਕੁਆਲਿਟੀ ਚੈੱਕ ਕਰੋ ਦੀਦੀ, ਬਹੁਤ ਸ਼ਾਨਦਾਰ ਪੀਸ ਬਣਿਆ ਜੀ। ਦੀਦੀ ਸਭ ਤੋਂ ਪਿਆਰਾ ਇਹਦਾ ਦੁਪੱਟਾ, ਤੇਰੇ ਉੱਤੇ ਰੰਗਲੇ ਦੁਪੱਟੇ ਖਿਲਦੇ, ਆਹ ਚੈੱਕ ਕਰੋ ਦੀਦੀ। ਦੀਦੀ ਇਹਦੇ 'ਚ ਦੇਖੋ, ਇੱਕ ਤੁਹਾਨੂੰ ਨੈਕ ਆਪਾਂ ਚੇਂਜ ਦਿਖਾਤਾ ਜੀ, ਇਹਦੇ 'ਚ ਦੁਪੱਟਾ ਚੇਂਜ ਦਿਖਾਤਾ ਦੀਦੀ, ਇਹ ਦੁਪੱਟੇ ਬਹੁਤ ਡਿਫਰੈਂਟ ਨੇ ਮੈਡਮ, ਤੁਹਾਨੂੰ ਹਰ ਸ਼ੋਪ ਤੋਂ ਨਹੀਂ ਮਿਲਣਗੇ ਜੀ। ਨੈਕ ਚੈੱਕ ਕਰੋ ਜੀ, ਯੂ ਸ਼ੇਪ ਨੈਕ ਆ ਗਿਆ ਜੀ, ਵੀ ਇਹਦਾ ਡਿਜ਼ਾਈਨ ਆ ਗਿਆ ਜੀ, ਨਾਲ ਜੀ ਪੈਨਲ ਵਾਲਾ ਡਿਜ਼ਾਈਨ ਆ ਦੀਦੀ, ਫੈਬਰਿਕ ਬਰੋਕਟ ਆ ਗਿਆ, ਤੁਸੀਂ ਕਲਰ ਖੋਲੀ ਜਾਓ ਜੀ। ਬਰੋਕਟ ਦੀਦੀ ਪੂਰੀ ਹਿੱਟ ਵਿਕ ਰਹੀ ਹੈ ਜੀ ਇਸ ਟਾਈਮ ਜੀ, ਕਲਰ ਸਾਰੇ ਡਿਫਰੈਂਟ ਜੀ, ਤੁਸੀਂ ਆਪਣੀ ਅਲਮਾਰੀ ਚੈੱਕ ਕਰੋ ਦੀਦੀ, ਤੁਹਾਨੂੰ ਇਹਦੇ ਨਾਲ ਦੇ ਕਲਰ ਨਹੀਂ ਮਿਲਣਗੇ ਜੀ। ਤੁਸੀਂ ਦੇਖੋ, ਤੁਹਾਡੇ ਕੋਲ ਉਹੀ ਰੈੱਡ ਮਹਿਰੂਨ ਕਲਰ ਹੀ ਹੋਣਗੇ ਬੇਟੇ, ਸੁਬਹ ਲਾਈਵ ਹੈ, ਆਹ ਕਲਰ ਚੈੱਕ ਕਰੀ ਜਾਓ ਜੀ, ਜਿਹੜਾ ਕਲਰ ਤੁਹਾਨੂੰ ਵਧੀਆ ਲੱਗਦਾ ਜੀ। ਇਹ ਲਓ ਦੀਦੀ, ਆਹ ਪੀਸ ਚੈੱਕ ਕਰੋ, ਸਟੀਲ ਗ੍ਰੇ ਕਲਰ ਦੀਦੀ, ਇਹ ਸਾਰੇ ਹਾਈ ਜੈਂਟਲੀ ਕਲਰ ਨੇ ਦੀਦੀ, ਜਿਹੜੇ ਸਾਡੇ ਸਾਡੀਆਂ ਬੁਟੀਕ ਵਾਲੀਆਂ ਭੈਣਾਂ ਵੀ ਸਾਡੇ ਨਾਲ ਕਾਫੀ ਜੁੜੀਆਂ ਹੋਈਆਂ ਜੀ, ਉਹ ਵੀ
ਉਹਨਾਂ ਦੇ ਵੀ ਕਾਰੋਬਾਰ ਚੱਲਦੇ ਆ ਜੀ ਮਹਾਰਾਜ, ਹੋਰ ਚੱਲਦੇ ਰੱਖਣ ਜੀ। ਹੈਲੋ, ਇਹਦੀ ਆ ਵਰਕ ਚੈੱਕ ਕਰੋ ਦੀਦੀ, ਇਹਦੇ 'ਚ ਵੀ ਕਲਰ ਬਹੁਤ ਸੋਹਣੇ ਨੇ ਜੀ। ਇਹਦਾ ਇੱਕ ਕਲਰ ਹੋਰ ਵੀ ਬਣਿਆ ਜੀ, ਇਹ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਇਹਦੇ ਨੀਚੇ ਦੇਖੋ ਜੀ, ਵਾਈਟ ਦੇ ਨੀਚੇ ਇਹਦੇ ਦੋ ਕਲਰ ਜੀ। ਹੈਲੋ ਦੀਦੀ, ਇਹਦਾ ਦੁਪੱਟਾ ਚੈੱਕ ਕਰੋ ਜੀ, ਬਹੁਤ ਸੋਹਣਾ ਕਲਰ ਜੀ ਦੀਦੀ। ਹੈਲੋ, ਤਿੰਨ ਕਲਰ ਬਣੇ ਨੇ ਜੀ। ਸੂਟ ਬਹੁਤ ਪਿਆਰਾ ਦੀਦੀ, ਬਹੁਤ ਅਲਟੀਮੇਟ ਹੈ ਜੀ ਫੈਬਰਿਕ ਦੀਦੀ। ਬਰੋਕਿਟ ਆਏਗਾ ਜੀ, ਬਹੁਤ ਸੋਫਟ ਹੈ ਜੀ ਬਰੋਕਿਟ। ਨਵੇਂ ਨਵੇਂ ਕੱਪੜੇ, ਨਵੀਆਂ ਨਵੀਆਂ ਚੀਜ਼ਾਂ ਹਰ ਰੋਜ਼ ਤੁਹਾਡੇ ਲਈ ਜੀ, ਹਰ ਰੋਜ਼ ਨਵੀਂ ਵਰਾਇਟੀ ਜੀ। ਹੈਲੋ ਦੀਦੀ, ਹੈਲੋ, ਆਹ ਪੀਸ ਚੈੱਕ ਕਰੋ। ਇਹ ਦੀਦੀ 5200, ਦੁਕਾਨ ਦਾ ਰੇਟ ਹੈ ਜੀ 4100 ਜੀ। ਇਹ 5100 ਜੀ ਪੀਸ। ਇੰਨਾ ਸੋਹਣਾ ਮੈਡਮ, ਬਸ ਤੁਸੀਂ ਸਮਝੋ ਕਿ ਸਲਿਪ ਹੋ ਜਾਂਦੀ ਹੈ ਜੀ। ਹੈਲੋ ਜੀ, ਆਹ ਪੀਸ ਚੈੱਕ ਕਰੋ ਦੀਦੀ, ਬਹੁਤ ਅਲਟੀਮੇਟ ਦੀਦੀ। 5100 ਸ਼ੋਪ ਦਾ ਰੇਟ ਹੈ ਜੀ, ਇਨਕਲੂਡਿੰਗ ਸ਼ਿਪਿੰਗ ਜੀ 5200 ਦੀਦੀ। ਹੈਲੋ ਦੀਦੀ, ਹਰ ਪੀਸ ਦੇ ਉੱਪਰ ਨਾ, ਅਗਰ ਤੁਸੀਂ ਸਾਡੀ ਸ਼ੋਪ 'ਤੇ ਵੀ ਆਉਂਦੇ ਹੋ ਨਾ, ਹਰ ਪੀਸ ਦੇ ਉੱਪਰ ਟੈਗ ਲੱਗਿਆ ਹੋਏਗਾ ਦੀਦੀ। ਉਹ ਟੈਗ ਦੇ ਉੱਪਰ ਤੋਂ ਹੀ ਆਪਾਂ ਰੇਟ ਦੇਖ ਕੇ ਤੁਹਾਨੂੰ ਦੱਸਣਾ ਜੀ, ਟੈਗ ਹੀ ਅਸੀਂ ਤੁਹਾਨੂੰ ਰੇਟ ਤੋਂ ਲੈਣਾ ਜੀ। ਹੈਲੋ ਜੀ, ਹਰ ਟੈਗ ਦੇ ਉੱਪਰ ਸਿਕਿਉਰਿਟੀ ਟੈਗ ਦੀਦੀ ਨਾਲ ਲੱਗਿਆ ਹੋਇਆ ਹੁੰਦਾ ਕਿ ਟੈਗ ਵੀ ਕਿਤੇ ਚੇਂਜ ਨਾ ਹੋ ਜਾਵੇ ਜੀ। ਹੈਲੋ, ਆਹ ਪੀਸ ਚੈੱਕ ਕਰੋ ਦੀਦੀ, ਚੱਕੋ ਜੀ। ਅਗਲਾ ਸੈੱਟ ਖੋਲੋ ਜੀ ਦੀਦੀ, ਦਿਖਾਉਂਦਾ ਜੀ ਗਲੈਕਸੀ ਕਲਰ ਦਿਖਾਉਂਦਾ ਜੀ। ਹੈਲੋ, ਆਹ ਖੋਲੋ ਜੀ ਗਲੈਕਸੀ ਕਲਰ, ਬੜਾ ਅਲਟੀਮੇਟ ਕਲਰ ਹੈ, ਵਾਈਟ ਕਲਰ ਜੀ। ਉਹ ਦੇਖੋ ਗਲੈਕਸੀ ਕਲਰ, ਦੱਸੀ ਭਾਜੀ ਅੱਜ ਆਇਆ ਨਾ ਇਹਨਾਂ ਨੂੰ, ਹਜੇ ਇਹ ਕਲਰ ਨਵੇਂ ਨਵੇਂ ਐਡ ਹੁੰਦੇ ਰਹਿੰਦੇ ਆ ਜੀ, ਇਹਨਾਂ ਨੂੰ ਨਹੀਂ ਪਤਾ, ਕਿਸੇ ਹੋਰ ਨੂੰ ਹੱਥ ਲਾਉਣ ਲੱਗੇ ਸੀਗੇ। ਅਤੇ ਡੀਪ ਬਲਿਊ ਵੀ ਆ ਗਿਆ ਜੀ, ਡੀਪ ਬਲਿਊ ਬਹੁਤ ਚੱਲਦਾ ਪਿਆ ਜੀ। ਇਹ ਜਿਹੜੇ ਸਾਡੇ ਆਊਟ ਆਫ ਇੰਡੀਆ ਵਾਲੇ ਕਸਟਮਰ ਹੈ ਜੀ, ਉਹ ਸਾਨੂੰ ਨਵੇਂ ਨਵੇਂ ਰੰਗ ਦੱਸਦੇ ਆ ਜੀ, ਕਿ ਇਹ ਕਲਰ ਨੂੰ ਇਹ ਬੋਲਦੇ ਆ ਜੀ, ਇਸ ਕਲਰ ਨੂੰ ਇਹ ਬੋਲਦੇ ਆ ਜੀ। ਅਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਤੱਕ ਉਹ ਕਲਰ ਪਹੁੰਚਾ ਸਕੀਏ। ਹੈਲੋ ਦੀਦੀ, ਇਹ ਦੀਦੀ ਇਹਦੇ ਨੈਕ ਦੇ ਉੱਪਰ ਵਰਕ ਜੀ, ਗਰਲਿਸ਼ ਦੀਦੀ, ਵਰਕ ਚੈੱਕ ਕਰੋ, ਕਿੰਨਾ ਸੋਹਣਾ ਪੀਸ ਹੈ ਜੀ। ਬੜੇ ਇਹਦਾ ਪ੍ਰਾਈਜ਼ ਆਉਣਾ ਹੈ 5550, ਦੁਕਾਨ ਦਾ ਰੇਟ ਹੈ। ਹੈਲੋ ਜੀ ਦੀਦੀ, ਇਹ ਜਿਹੜੀ ਸ਼ਿਮਰ ਆਉਣੀ ਹੈ ਦੀਦੀ, ਇਹ ਪਿਓਰ ਸ਼ਿਮਰ ਦੀਦੀ। ਹੈਲੋ, ਕੱਪੜਾ ਚੈੱਕ ਕਰੋ, ਜਾਲ ਦੁਪੱਟਾ ਦੀਦੀ, ਬਹੁਤ ਅਲਟੀਮੇਟ ਆਰਟੀਕਲ ਜੀ, ਬਹੁਤ ਸ਼ਾਨਦਾਰ ਆਰਟੀਕਲ ਹੈ ਦੀਦੀ। ਸਾਰਾ ਹੈਵੀ ਜਾਲ ਦੁਪੱਟਾ, ਸਾਰਾ ਹੈਵੀ ਪਿਓਰ ਜਾਲ ਦੁਪੱਟਾ, ਅਲਟੀਮੇਟ ਆਰਟੀਕਲ ਦੀਦੀ। ਹੈਲੋ, ਕੰਮ ਦੀ ਕੁਆਲਿਟੀ ਚੈੱਕ ਕਰੋ ਦੀਦੀ, ਜ਼ਬਰਦਸਤ ਆਰਟੀਕਲ ਹੈ ਜੀ। ਹੈਲੋ, ਪੀਸ ਬਹੁਤ ਸੋਹਣਾ, ਬਹੁਤ ਸ਼ਾਨਦਾਰ ਆਰਟੀਕਲ ਹੈ। ਅਤੇ ਇਹਦੀ ਦੀਦੀ ਜਿਹੜੀ ਬਾਜੂ ਹੈ ਜੀ, ਬਾਜੂ ਵੀ ਸੇਮ ਆਉਣੀ ਹੈ ਜੀ। ਹੈਲੋ, ਇਹ ਜਿਹੜੀ ਜਿਹੜਾ ਕਲਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਜੀ, ਕਰਵਾ ਸਕਦੇ ਹੋ। ਵਾਈਟ ਸਾਡਾ ਸੁਪਰ ਪਾਸ ਵਿਕਦਾ ਪਿਆ ਜੀ। ਇਹ ਜੀ ਕਿ ਇਹ ਇਹਦੀ ਸਲੀਵਸ ਦੇ ਉੱਪਰ ਵਰਕ ਹੈ ਜੀ, ਖੋਲ੍ਹੋ, ਇਹਦਾ ਗ੍ਰੇ ਕਲਰ ਵੀ ਖੋਲ੍ਹੋ। ਲਓ ਦੇ ਜੀ, ਪੂਰੇ ਖੁੱਲ੍ਹੇ ਡੁੱਲੇ ਦੁਪੱਟੇ ਨੇ ਜੀ, ਗਰਲਿਸ਼ ਪੈਟਰਨ ਹੈ ਭਾਅ ਜੀ, ਮੈਨੂੰ ਜਾਲ ਦੁਪੱਟਾ ਦਿਖਾਓ। ਲਓ ਜੀ, ਦੇਖੋ ਜੀ ਜਾਲ ਦੁਪੱਟਾ। ਹੈਲੋ ਜੀ, ਹੁਣ ਤੱਕ ਤੁਸੀਂ ਗੌਰ ਕਰਿਓ ਤਾਂ ਹਰ ਆਪਣਾ ਕੱਪੜਾ ਆਪਾਂ ਅਲੱਗ ਖੋਲ੍ਹਿਆ ਜੀ, ਹਰ ਚੀਜ਼ ਅਲੱਗ ਖੋਲ੍ਹੀ ਹੈ ਜੀ। ਹੈਲੋ ਦੀਦੀ, ਇਹ ਪੀਸ ਚੈੱਕ ਕਰੋ, ਬਹੁਤ ਹਾਈ ਜੈਂਟਲੀ ਕਲਰ ਜੀ। ਆਹ ਦੇਖੋ, ਜੱਸੀ ਬਾਈ ਦੇ ਲਿਆ ਹੋਇਆ ਦੁਪੱਟਾ, ਇੰਨਾ ਸੋਹਣਾ ਲੱਗਦਾ, ਤੁਸੀਂ ਤਾਂ ਫਿਰ ਪਾਪਾ ਦੀ ਪਰੀ ਹੋ, ਤੁਹਾਡੇ ਲਿਆ ਹੋਇਆ ਕਿੰਨਾ ਸੋਹਣਾ ਲੱਗੂਗਾ। ਹੈ ਨਾ ਜੀ, ਸੋਹਣਾ ਤਾਂ ਲੱਗੂਗਾ ਜੇ ਤੁਸੀਂ ਔਡਰ ਕਰੂੰਗੇ ਜੀ। ਪੀਸ ਬਹੁਤ ਪਿਆਰਾ ਜੀ, ਬਹੁਤ ਸ਼ਾਨਦਾਰ ਆਰਟੀਕਲ ਜੀ। ਲਓ ਦੀਦੀ, ਇਹਦੀ ਵੀ ਬਾਜੂ ਦੇ ਉੱਪਰ ਵਰਕ ਆਏਗਾ ਦੀਦੀ, ਉੱਦਾਂ ਹੀ ਜੀ ਨੈਕ ਦੇ ਉੱਪਰ ਸਾਰਾ ਹੈਂਡ ਵਰਕ ਆਏਗਾ। ਪੀਸ ਕਲੀਅਰ ਹੈ ਨਾ ਦੀਦੀ, ਸਕਰੀਨਸ਼ੋਟ ਲੈ ਲਿਆ ਫਟਾਫਟ, ਬਸ ਜਿਹੜੇ ਮਰਜ਼ੀ ਇੱਕ ਨੰਬਰ ਦੇ ਉੱਪਰ ਵਟਸਐਪ ਕਰ ਦਿਉ। ਹੈਲੋ ਦੀਦੀ, ਜਿਹੜੇ ਮਰਜ਼ੀ ਇੱਕ ਨੰਬਰ ਦੇ ਉੱਪਰ ਵਟਸਐਪ ਕਰ ਦਿਉ। ਪੀਸ ਬਹੁਤ ਸੋਹਣਾ ਜੀ, ਚੱਕੋ ਜੀ, ਅਗਲਾ ਖੋਲ੍ਹੋ ਜੀ। ਜਿਹੜੇ ਰਿਪੀਟ ਆਰਟੀਕਲ ਵਿਕ ਰਹੇ ਜੀ, ਉਹ ਵੀ ਆ ਗਏ ਜੀ, ਉਹ ਵੀ ਤੁਹਾਨੂੰ ਦਿਖਾਊਂਗਾ ਜੀ, ਉਹ ਵੀ ਆ ਗਏ। ਹੈਲੋ ਜੀ, ਇਹ ਦੀਦੀ ਇਹ ਆ ਨਾ ਜੀ, ਇਹ ਸ਼ਿਮਰ ਆਣੀ ਹੈ ਦੀਦੀ, ਬਨਾਰਸੀ ਸ਼ਿਮਰ ਜੀ, ਬਹੁਤ ਪਿਆਰਾ ਪੀਸ ਹੈ ਦੀਦੀ। ਇਹਦੀ ਬੋਟਮ ਦੇ ਉੱਪਰ ਵਰਕ ਆਉਣਾ ਜੀ, ਫਰੰਟ ਸਾਰਾ ਹੈਵੀ ਆਉਣਾ ਹੈ, ਵੈਡਿੰਗ ਵਾਸਤੇ ਬਹੁਤ ਸੋਹਣਾ ਪੀਸ ਹੈ ਜੀ, ਬਹੁਤ ਸ਼ਾਨਦਾਰ ਆਰਟੀਕਲ ਹੈ ਦੀਦੀ। ਹੈਲੋ, ਆਹ ਪੀਸ ਚੈੱਕ ਕਰੋ। ਹੈਲੋ ਜੀ, ਤੈਨੂੰ ਦੇਖੀਦਾ ਜੇ ਸਹੀ ਹੋ ਰਹੀ ਹੈ ਨਾ ਰਿਕਾਰਡ। ਹੈਲੋ ਦੀਦੀ, ਆਹ ਪੀਸ ਚੈੱਕ ਕਰੋ,
ਓਕੇ ਰਿਪੋਰਟ ਇਹ ਲਓ ਜੀ। ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੈ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਅਗਰ ਕੋਈ ਕਮੀ ਲੱਗਦੀ ਆ ਉਹ ਵੀ ਦੱਸੋ ਜੀ, ਆਪਾਂ ਦੂਰ ਕਰਾਂਗੇ। ਦੀਦੀ ਆਹ ਵਰਕ ਚੈੱਕ ਕਰੋ ਦੀਦੀ, ਇਹਦੇ 'ਚ ਦਬਕਾ ਲੱਗਿਆ ਹੋਇਆ ਜੀ, ਨਲਕੀ ਲੱਗੀ ਹੋਈ ਹੈ, ਸੀ ਪੀ ਲੱਗੀ ਹੋਈ ਹੈ ਜੀ, ਪਰਲ ਵਰਕ ਹੋਇਆ ਹੋਇਆ ਜੀ, ਸਾਰਾ ਸ਼ਾਨਦਾਰ ਆਰਟੀਕਲ ਦੀਦੀ। ਆ ਲਓ, ਇਹਦੀ ਬੋਟਮ ਦੇ ਉੱਪਰ ਕੰਮ ਆ ਨਾ, ਬਾਜੂ ਦੇ ਉੱਪਰ ਕੰਮ ਆ ਨਾ ਦੀਦੀ, ਦੁਪੱਟਾ ਨਾ ਕੰਟਰਾਸਟ। ਆ ਲਓ ਲੈਸ ਚੈੱਕ ਕਰਿਓ, ਅਲਟੀਮੇਟ ਫਟਾਫਟ ਜੱਸੀ ਵਾ ਜੀ, ਇਹਦੇ ਕਲਰ ਖੋਲੋ ਜੀ। ਆ ਲਓ, ਸ਼ਾਨਦਾਰ ਆਰਟੀਕਲ ਹੈ ਮੈਡਮ, ਕੋਈ ਲੈਂਥ ਇਸ਼ੂ ਨਹੀਂ ਜੀ, 43-44 ਲੈਂਥ ਹੈ ਜੀ, ਬਹੁਤ ਸੋਹਣੇ ਕਲਰ ਨੇ ਜੀ, ਲਾਜਵਾਬ ਜੇ ਕਲਰ ਨੇ ਜੀ। ਆ ਲਓ, ਜਿਹੜਾ ਪੀਸ ਤੁਹਾਨੂੰ ਵਧੀਆ ਲੱਗਦਾ ਜੀ, 68-50 ਇਨਕਲੂਡਿੰਗ ਇੰਡੀਆ ਦੀ ਸ਼ਿਪਿੰਗ ਜੀ। ਆ ਲਓ ਦੀਦੀ, ਆਹ ਚੈੱਕ ਕਰੋ ਦੀਦੀ, ਬਹੁਤ ਸ਼ਾਨਦਾਰ ਹੈ, ਇਹਦੀ ਬੋਟਮ ਦੇ ਉੱਪਰ ਵਰਕ ਆਉਣਾ ਦੀਦੀ, ਗਰਲਿਸ਼ ਜਿਹਾ ਪੈਟਰਨ ਹੈ ਜੀ, ਕਲਰ ਕੰਬੀਨੇਸ਼ਨ ਬਹੁਤ ਸੋਹਣੇ ਨੇ ਦੀਦੀ। ਆ ਲਓ, ਸ਼ਾਨਦਾਰ ਲਾਜਵਾਬ ਆਰਟੀਕਲ ਦੀਦੀ। ਆ ਲਓ, ਜਿਹੜਾ ਪੀਸ ਤੁਹਾਨੂੰ ਵਧੀਆ ਲੱਗਦਾ ਜੀ, ਇਹਦੀ ਬਾਜੂ ਦੇ ਉੱਪਰ ਵੀ ਵਰਕ ਆਉਣਾ, ਰੇਂਜ ਮੁਤਾਬਿਕ ਚੀਜ਼ ਬਹੁਤ ਸੋਹਣੀ ਹੈ ਮੈਡਮ, ਚੀਜ਼ ਬਹੁਤ ਪਿਆਰੀ ਹੈ, ਕੱਪੜੇ ਨਵੇਂ ਨੇ ਜੀ। ਸਭ ਤੋਂ ਪਹਿਲਾਂ ਸਾਡੀ ਇਹੀ ਅਸੀਂ ਮਿਹਨਤ ਕਰਦੇ ਹਾਂ ਜੀ, ਕਿ ਅਸੀਂ ਤੁਹਾਡੇ ਲਈ ਕੱਪੜਾ ਨਵਾਂ ਲੈ ਕੇ ਆਈਏ ਜੀ। ਅਸੀਂ ਤੁਹਾਡੇ ਲਈ ਹਰ ਰੋਜ਼ ਕੁਛ ਨਵਾਂ ਵਰਕ, ਨਵੀਂ ਵਰਾਇਟੀ, ਯੂਨੀਕ ਚੀਜ਼ਾਂ ਜੀ, ਜਿਹੜੀਆਂ ਇਹ ਲਓ ਜੀ ਕਿਸੇ ਦੇ ਨਾਲ ਪਾਈਆਂ ਹੋਣ ਜੀ, ਤੁਹਾਡੀ ਪੂਰੀ ਕਲੋਨੀ ਦੇ ਵਿੱਚ ਕਿਸੇ ਦੇ ਨਾਲ ਸੂਟ ਪਾਇਆ ਹੋਵੇ ਜੀ, ਅਗਰ ਤੁਸੀਂ ਟਾਵਰ 'ਚ ਰਹਿੰਦੇ ਹੋ ਤੁਹਾਡੇ ਪੂਰੇ ਟਾਵਰ 'ਚ ਕਿਸੇ ਨਾਲ ਪਾਇਆ ਹੋਵੇ ਜੀ, ਤੁਹਾਡੇ ਸੈਕਟਰ 'ਚ ਕਿਸੇ ਨੇ ਨਾ ਪਾਇਆ ਹੋਵੇ ਜੀ, ਇੰਨੀ ਮਿਹਨਤ ਕਰਦੇ ਹਾਂ ਜੀ ਅਸੀਂ। ਆਹ ਚੈੱਕ ਕਰੋ ਦੀਦੀ, ਆ ਲਓ, ਬਹੁਤ ਜ਼ਬਰਦਸਤ ਆਰਟੀਕਲ ਜੀ, ਆ ਲਓ, ਸ਼ਾਨਦਾਰ ਦੀਦੀ, ਚੱਕੋ ਜੀ, ਕਰੋ ਫਟਾਫਟ ਔਡਰ ਜੀ, ਔਡਰ ਕਰੀ ਜਾਓ, ਕਮੈਂਟ ਕਰੀ ਜਾਓ। ਤੁਹਾਨੂੰ ਨਈ ਚੀਜ਼ ਸੋਹਣੀ ਲੱਗਦੀ ਤੁਸੀਂ ਦੱਸੋ ਕਿ ਭਾਅ ਜੀ ਸਾਡੇ ਲਈ ਆਹ ਚੀਜ਼ ਲੈ ਕੇ ਆਓ ਜੀ, ਅਸੀਂ ਉਹ ਲੈ ਕੇ ਆਵਾਂਗੇ ਜੀ, ਅਸੀਂ ਮਿਹਨਤ ਕਰਨੀ ਚਾਹੁੰਦੇ ਹਾਂ ਜੀ, ਮਿਹਨਤ ਤੁਸੀਂ ਕਰਵਾਉਣੀ ਹੈ ਜੀ। ਲਓ ਦੀਦੀ, ਇਹ ਸ਼ਿਮਰ ਚੈੱਕ ਕਰੋ ਦੀਦੀ, ਦੀਦੀ ਇਹ ਡਬਲ ਸ਼ੇਡ ਜੀ, ਬਹੁਤ ਅਲਟੀਮੇਟ ਸ਼ਿਮਰ ਦੀਦੀ। ਆ ਲਓ, ਕਲਰ ਚੈੱਕ ਕਰਿਓ ਦੀਦੀ, ਆ ਲਓ ਵਰਕ ਚੈੱਕ ਕਰੋ, ਸ਼ਾਨਦਾਰ ਆਰਟੀਕਲ ਦੀਦੀ, ਫਿਰੋਜ਼ੀ ਦੇ ਨਾਲ ਗ੍ਰੇ ਕਲਰ ਦਾ ਕੰਬੀਨੇਸ਼ਨ ਜੀ, ਪੂਰੀ ਅਲਮਾਰੀ ਚੈੱਕ ਕਰ ਲਓ, ਜਿਹਦੇ ਨਾਲ ਦਾ ਪੀਸ ਹੋਵੇ ਫ੍ਰੀ ਦੇ ਦਾਂਗਾ ਜੀ। ਆ ਲਓ, ਕਲਰ ਚੈੱਕ ਕਰੋ ਦੀਦੀ, ਜ਼ਬਰਦਸਤ ਆਰਟੀਕਲ ਦੀਦੀ, ਬਹੁਤ ਪਿਆਰਾ ਪੀਸ ਹੈ ਜੀ। ਔਰ ਗੈਂਜ਼ਾ ਦੇ ਉੱਪਰ ਦੀਦੀ, ਆ ਲਓ ਲੈਸ ਚੈੱਕ ਕਰਿਓ, ਮੈਂ ਤੁਹਾਨੂੰ ਇੰਨੇ ਡੀਪਲੀ ਇਸ ਲਈ ਹੋ ਕੇ ਦਿਖਾਉਂਦਾ ਜੀ, ਕਿ ਅਸੀਂ ਇਕੱਲੀ ਇਕੱਲੀ ਚੀਜ਼ ਦੇ ਉੱਪਰ ਵਰਕ ਕਰਦੇ ਹਾਂ ਜੀ, ਅਸੀਂ ਇਕੱਲੀ ਇਕੱਲੀ ਚੀਜ਼ ਨੂੰ ਪੁਆਇੰਟ ਕਰਦੇ ਹਾਂ ਜੀ, ਕਿ ਸਾਡੇ ਕੋਲ ਲੈਸ ਤਾਂ ਨਹੀਂ ਕਿਤੇ ਪੁਰਾਣੀ ਹੋ ਗਈ ਜੀ। ਇਹ ਲਓ ਦੀਦੀ, ਆਹ ਚੈੱਕ ਕਰੋ, ਪੈਨਲ ਚੈੱਕ ਕਰੋ ਦੀਦੀ, ਵਰਕ ਦੀ ਕੁਆਲਿਟੀ ਚੈੱਕ ਕਰੋ ਦੀਦੀ, 59-50 ਦੀ ਬੋਟਮ ਦੇ ਉੱਪਰ ਵਰਕ ਜੀ, ਡਿਜ਼ਾਈਨ ਸਾਰੇ ਦੀਦੀ ਅਲਟੀਮੇਟ ਜੀ, ਕੱਪੜੇ ਸਾਰੇ ਨਵੇਂ। ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜੀ, ਇਹ ਸਾਰਾ ਕੁਛ ਤੁਹਾਨੂੰ ਅੱਗੇ ਲੈ ਕੇ ਜਾਂਦੀਆਂ ਜੀ, ਜਿਹੜੀਆਂ ਬੁਟੀਕ ਵਾਲੀਆਂ ਭੈਣਾਂ, ਮੈਂ ਤੁਹਾਨੂੰ ਰਿਪੀਟ ਡਿਜ਼ਾਈਨ ਵੀ ਦਿਖਾਊਂਗਾ ਜੀ, ਜਿਹੜੇ ਮਾਰਕੀਟ ਦੇ ਵਿੱਚ ਵਿਕਦੇ ਆ ਨਾ, ਇਹ ਚੀਜ਼ਾਂ ਨਵੀਆਂ, ਇਹ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਜੀ, ਇਹ ਤੁਹਾਨੂੰ ਮੈਂ ਦਿਖਾ ਰਿਹਾ ਜੀ, ਕੁਛ ਚੀਜ਼ਾਂ ਮੈਂ ਤੁਹਾਨੂੰ ਉਹ ਵੀ ਦਿਖਾਊਂਗਾ ਜੀ, ਠੀਕ ਹੈ ਜੀ, ਜਿਹੜੀਆਂ ਤੁਹਾਨੂੰ ਮਤਲਬ ਮਾਰਕੀਟ ਦੇ ਵਿੱਚ ਕੋਮਨ ਹੁੰਦੀਆਂ ਜੀ, ਉਹ ਹਰ ਕੋਈ ਕਾਪੀ ਕਰ ਲੈਂਦਾ ਜੀ, ਅਸੀਂ ਵੀ ਉਹਨੂੰ ਰਿਪੀਟ ਟੂ ਰਿਪੀਟ ਵੇਚਦੇ ਰਹਿੰਦੇ ਹਾਂ ਜੀ। ਹੈਲੋ, ਇਹ ਪੈਟਰਨ ਨੋ ਨੇ ਜੀ, ਜਿਹੜੇ ਬਿਲਕੁਲ ਨਵੇਂ ਆ ਜੀ। ਹੈਲੋ ਦੀਦੀ, ਕਲਰ ਚੈੱਕ ਕਰੋ ਦੀਦੀ, ਸ਼ਾਨਦਾਰ ਆਰਟੀਕਲ ਦੀਦੀ। ਹੈਲੋ, ਕੰਮ ਚੈੱਕ ਕਰੋ, ਨੈਕ ਚੈੱਕ ਕਰੋ ਦੀਦੀ, ਸ਼ਾਨਦਾਰ ਚੀਜ਼ਾਂ ਜੀ, ਪੀਸ ਬਹੁਤ ਸੋਹਣਾ, ਬਹੁਤ ਸ਼ਾਨਦਾਰ ਹੈ ਦੀਦੀ। ਤੁਸੀਂ ਸਾਡੀ ਸ਼ੋਪ 'ਤੇ ਵੀ ਵਿਜ਼ਿਟ ਕਰ ਸਕਦੇ ਹੋ ਜੀ, ਰੋਪੜ ਧਵਨ ਸੂਟ ਐਂਡ ਸਾੜੀ, ਮੇਨ ਬਾਜ਼ਾਰ ਜੀ, ਅਤੇ ਦੀਦੀ ਸਾਡਾ ਲਾਈਵ ਵੀ ਚੱਲਦਾ ਜੀ, ਉਹਦੇ ਪਰ ਫੇਸਬੁੱਕ ਦੇ ਉੱਪਰ ਜੀ, ਔਰ ਇੰਸਟਾਗ੍ਰਾਮ ਦੇ ਉੱਪਰ ਜੀ, ਇੰਸਟਾਗ੍ਰਾਮ ਦੀ ਆਈ ਡੀ ਹੈ ਜੀ ਧਵਨ ਸੂਟਸ 13-13, ਉਹਨੂੰ ਵੀ ਫੋਲੋ ਕਰੋ, ਸਬਸਕ੍ਰਾਈਬ ਕਰੋ, ਫੇਸਬੁੱਕ ਨੂੰ ਕਰੋ ਜੀ ਫੋਲੋ, ਹਰ ਜਗ੍ਹਾ ਨਵੀਂ ਅਪਡੇਸ਼ਨ, ਅਲੱਗ ਅਲੱਗ ਚੀਜ਼ਾਂ ਜੀ ਹਰ ਰੋਜ਼ ਜੀ। ਦੀਦੀ ਆਹ ਕਲਰ ਆਣਗੇ ਜੀ, ਆਹ ਪੈਟਰਨ ਆ, ਚੈੱਕ ਕਰ ਲਓ, ਕੱਪੜਾ ਚੈੱਕ ਕਰ ਲਓ,
ਬਿਲਕੁਲ ਡਿਫਰੈਂਟ ਹੈ ਜੀ, ਬਿਲਕੁਲ ਨਿਊ। ਚੱਕੋ ਜੀ ਉਹ ਵਾਲਾ ਪੈਟਰਨ ਖੋਲੋ ਜੀ, ਰਸਟ ਕਲਰ ਵਾਲਾ। ਮੈਂ ਰਿਪੀਟ ਵੀ ਤੁਹਾਨੂੰ ਵਿੱਚ ਵਿੱਚ ਦਿਖਾਉਂਦਾ ਜਿਹੜਾ ਤੁਹਾਨੂੰ ਲੱਗੇ ਕਿ ਰੇਟ ਦੇ ਵਿੱਚ ਅੰਤਰ ਕਿੱਥੇ ਹੈ ਜੀ। ਇਹ ਲਓ ਦੀਦੀ, ਇਹ ਜਿੱਦਾਂ ਸਾਡੇ ਇਹ ਹਿੱਟ ਡਿਜ਼ਾਈਨ ਆ ਦੀਦੀ ਸਾਡਾ। ਲਓ ਦੀਦੀ ਇਹ ਆਉਣਾ ਦੀਦੀ, ਇਹ 3500 ਦੀਦੀ ਦੁਕਾਨ ਦਾ ਰੇਟ ਹੈ ਜੀ, 3600 ਜੀ। ਫੋਟੋ ਚੈੱਕ ਕਰੋ ਦੀਦੀ, ਇਹ ਲਓ ਪੀਸ ਬਹੁਤ ਪਿਆਰਾ ਦੀਦੀ, ਨੈੱਕ ਦੇ ਉੱਪਰ ਵਰਕ ਆਉਣਾ ਜੀ। ਸ਼ੋਪ ਦਾ ਰੇਟ ਦੀਦੀ 3500 ਹੈ ਜੀ। ਇਹ ਲਓ ਪੀਸ ਬਹੁਤ ਪਿਆਰਾ ਦੀਦੀ, ਬਹੁਤ ਸ਼ਾਨਦਾਰ ਆਰਟੀਕਲ ਹੈ। ਲਓ ਜੀ ਇਹ ਰਿਪੀਟ ਚੀਜ਼ਾਂ ਚੱਲਦੀਆਂ ਜੀ, ਮੈਂ ਤੁਹਾਨੂੰ ਉਹ ਵੀ ਨਾਲ ਦੀ ਨਾਲ, ਕਿਉਂਕਿ ਕਸਟਮਰ ਦੀ ਡਿਮਾਂਡ ਹੁੰਦੀ ਹੈ ਕਿ ਭਾਅ ਜੀ ਇਹਦੇ ਚਾਹ ਦੇ ਰੰਗ ਬਣਵਾਓ, ਆਹ ਪੀਸ ਬਣਵਾਓ। ਦੀਦੀ ਇਹਦੇ ਨੈੱਕ ਦੇ ਉੱਪਰ ਵਰਕ, ਇਹਦੀ ਬਾਜੂ ਦੇ ਉੱਪਰ ਵਰਕ ਜੀ, ਕਿਸੇ ਚੀਜ਼ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ ਜੀ, ਸਾਰਾ ਕੁਛ ਬੈਸਟ ਜੀ। ਇਹ ਲਓ ਦੀਦੀ ਆਹ ਨੈੱਕ ਦੇ ਉੱਪਰ ਵਰਕ ਚੈੱਕ ਕਰੋ, ਬਹੁਤ ਸੋਹਣਾ ਪੀਸ ਹੈ ਦੀਦੀ, ਕੋਈ ਲੈਂਥ ਇਸ਼ੂ ਨਹੀਂ ਜੀ, ਸ਼ਾਨਦਾਰ। ਇਹਦੇ ਰੰਗਾਂ ਮਿਰਚੀ ਲਾ ਦਿਓ ਜੀ ਪਹਿਲਾਂ ਸਾਰੀ ਅੱਗੇ ਜੀ, ਇਹਦੀ ਰੰਗਾਂ ਮਿਰਚੀ ਲਗਾ ਦਿੰਦੇ ਹਾਂ ਜੀ ਅੱਗੇ। ਇਹ ਲਓ ਦੀਦੀ, ਇਹ ਲਓ ਔਰੇਂਜ ਕਲਰ, ਮੈਂ ਜਿਹੜਾ ਕਲਰ ਤੁਸੀਂ ਕਹੋਗੇ ਮੈਂ ਖੋਲ੍ਹ ਕੇ ਦਿਖਾ ਦਾਂਗਾ। ਇਹ ਲਓ ਔਰੇਂਜ ਕਲਰ ਜੀ। ਪੀਸ ਦੀ ਸਫਾਈ ਚੈੱਕ ਕਰੋ ਜੀ, ਸਭ ਤੋਂ ਬੜੀ ਗੱਲ ਜੀ ਕੰਮ ਦੀ ਸਫਾਈ ਜੀ। ਪੀਸ ਮੂੰਹੋਂ ਬੋਲਣਾ ਚਾਹੀਦਾ ਕਿ ਮੈਨੂੰ ਲੈ ਜਾ, ਜਿਹੜਾ ਤੁਹਾਡੇ ਪਾਇਆ ਹੋਵੇ ਪੀਸ ਜਚੇ ਜੀ। ਇਹ ਲਓ ਜੀ ਇਹ ਦੇਖੋ, ਇੰਨਾ ਸੋਹਣਾ ਪੀਸ ਸੀਗਾ ਜੀ, ਇਹਨੂੰ ਨਜ਼ਰ ਲੱਗ ਗਈ। ਇਹ ਲਓ ਉਹਦੇ ਥੋੜ੍ਹੇ ਦਾਗ ਲੱਗ ਗਏ। ਇਹ ਲਓ ਦੀਦੀ ਕਲਰ ਚੈੱਕ ਕਰਿਓ ਦੀਦੀ, ਪਿਓਰ ਗੁਲਾਨਾਰੀ ਕਲਰ। ਇਹ ਲਓ ਜੀ ਦੀਦੀ ਇਹ ਜ਼ਹਿਰ ਮੂੰਗੀਆ ਕਲਰ ਜੀ। ਇਹ ਲਓ ਕੰਮ ਚੈੱਕ ਕਰੋ ਜੀ, ਸਾਰਾ ਫਰੰਟ ਹੈਵੀ ਜੀ। ਇਹ ਲਓ ਦੀਦੀ ਫਰੋਜੀ ਕਲਰ, ਜਿਹੜੇ ਡਿਜ਼ਾਈਨ ਹਿੱਟ ਹੋ ਜਾਂਦੇ ਆ ਦੀਦੀ ਉਹਨਾਂ ਦੇ ਵਿੱਚ ਕਲਰ ਬਹੁਤ ਸਾਰੇ ਬਣਦੇ ਰਹਿੰਦੇ ਆ ਜੀ। ਮੈਂ ਖੋਲ੍ਹ ਦਿੰਦਾ ਜੀ ਗੁਲਾਨਾਰੀ ਮਜੰਟਾ ਕਲਰ ਖੋਲ੍ਹ ਦਿੰਦਾ ਜੀ। ਇਹ ਲਓ ਦੀਦੀ ਮਹਿਰੂਨ ਕਲਰ ਜੀ, ਕਲਰ ਚਾਰਟ ਚੈੱਕ ਕਰੋ ਜੀ, ਜ਼ਬਰਦਸਤ ਆਰਟੀਕਲ ਜੀ। ਇਹ ਲਓ ਦੀਦੀ ਯੈਲੋ ਵੀ ਮੈਂ ਦਿਖਾ ਦਿੰਦਾ, ਉਹਦੇ ਇਹ ਪੀਸ ਹੋਰ ਦੇ ਦਾਂਗਾ ਤੁਹਾਨੂੰ। ਇਹ ਲਓ ਨਾਲ ਦੀ ਨਾਲ ਪਾਰਸਲ ਆਈ ਜਾਂਦੇ ਨੇ ਜੀ। ਇਹ ਲਓ ਗਾਜਰੀ ਕਲਰ ਜੀ, ਦੱਸੀ ਭਾਅ ਜੀ ਮੈਡਮ ਕਹਿੰਦੇ ਆਹ ਮਜੰਟਾ ਕਲਰ ਖੋਲ੍ਹ ਕੇ ਦਿਖਾਓ। ਇਹਦੇ 'ਚ ਨਾ ਥੋੜ੍ਹੀ ਜਿਹੀ ਦਿੱਕਤ ਹੈ ਪੀਸ 'ਚ, ਕੋਈ ਚੱਕਰ ਨਹੀਂ, ਪੀਸ ਤੁਹਾਨੂੰ ਹੋਰ ਮਿਲ ਜਾਏਗਾ। ਯੈਲੋ ਹਲਦੀ ਵਾਸਤੇ ਜ਼ਬਰਦਸਤ ਆਰਟੀਕਲ ਹੈ ਮੈਡਮ, ਪੀਸ ਚੈੱਕ ਕਰੋ ਮੈਡਮ, ਬਹੁਤ ਸੋਹਣੇ ਪੀਸ ਜੀ। ਕਮੈਂਟ ਕਰੋ ਕਮੈਂਟ ਜੀ, ਯੈਲੋ ਆਹ ਪੀਸ ਚੈੱਕ ਕਰੋ ਜੀ। ਹੋਰ ਸੁਣਾਓ ਸਭ ਠੀਕ ਠਾਕ ਹੋ ਜੀ, ਤੁਸੀਂ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਜੀ ਵੀਡੀਓ, ਦੱਸੋ ਆਪਣੇ ਸ਼ਹਿਰ ਦਾ ਨਾਮ ਜੀ। ਤੁਸੀਂ ਸਾਡੇ ਕੋਲ ਪਹਿਲਾਂ ਆਏ ਹੋ ਸ਼ੋਪਿੰਗ ਕਰਨ ਜੀ, ਜਾਂ ਫਸਟ ਟਾਈਮ ਵੀਡੀਓ ਦੇਖ ਰਹੇ ਹੋ ਜੀ। ਇਹ ਲਓ ਦੀਦੀ ਆਹ ਵਰਕ ਚੈੱਕ ਕਰੋ, ਮਜੰਟਾ ਕਲਰ ਦੀਦੀ, ਜਿਹੜਾ ਪੀਸ ਦੀ 3600 ਜੀ ਇਨਕਲੂਡਿੰਗ ਸ਼ਿਪਿੰਗ ਜੀ। ਯੈਲੋ ਕੰਮ ਚੈੱਕ ਕਰੋ ਦੀਦੀ, ਸਾਰਾ ਹੈਂਡ ਵਰਕ ਹੈ ਜੀ, ਪੀਸ ਬਹੁਤ ਸੋਹਣਾ ਦੀਦੀ, ਬਹੁਤ ਸ਼ਾਨਦਾਰ ਜੀ। ਇੱਕ ਇੱਕ ਕਰਕੇ ਬੇਟੇ ਕਲਰ ਚੱਕੀ ਜਾਓ, ਕਿਉਂਕਿ ਵਰਾਇਟੀ ਬਹੁਤ ਦਿਖਾਣੀ ਹੈ ਨਾ। ਠੀਕ ਹੈ ਦੀਦੀ, ਕੋਈ ਹੋਰ ਕਲਰ ਤਾਂ ਨਾ ਖੋਲ੍ਹਾਂ। ਇਹ ਲਓ ਖੋਲ੍ਹ ਦਿੰਦਾ ਜੀ, ਔਰੇਂਜ ਵੀ ਖੋਲ੍ਹ ਕੇ ਦਿਖਾ ਦਿਓ ਮੈਡਮ ਕਹਿੰਦੇ। ਇਹ ਲਓ ਦੀਦੀ ਜਿਹੜਾ ਕਲਰ ਤੁਹਾਨੂੰ ਵਧੀਆ ਲੱਗਦਾ ਜੀ। ਇਹ ਲਓ ਕੋਈ ਕਲਰ ਤੁਸੀਂ ਐਡ ਔਨ ਕਰਾਉਣਾ ਦੀਦੀ ਹੋਰ ਕਰਵਾ ਸਕਦੇ ਹੋ। ਇਹ ਲਓ ਫਰੋਜੀ, ਗਾਜਰੀ ਸਾਰੇ ਕਲਰ ਨੇ ਦੀਦੀ। ਇਹ ਲਓ ਔਰੇਂਜ ਦੁਪੱਟਾ ਦੀਦੀ, ਨਵੀਆਂ ਨਵੀਆਂ ਪੈਕਿੰਗਾਂ, ਹਰ ਰੋਜ਼ ਨਵਾਂ ਮਾਲ ਖੁੱਲ੍ਹਦਾ ਜੀ। ਇਹ ਲਓ ਜੀ ਐਪਲੀਕੇਸ਼ਨ, ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ, ਇੱਕ ਨੰਬਰ। ਸਭ ਤੋਂ ਬੜੀ ਗੱਲ ਜੀ ਕਿ ਕੰਪਨੀ ਦੇ ਫੈਬਰਿਕ ਯੂਜ਼ ਕਰੀਦੇ ਆ ਜੀ, ਕੋਈ ਨੋਨ ਬ੍ਰਾਂਡ ਚੀਜ਼ ਨਹੀਂ ਜੀ। ਇਹ ਲਓ ਜੀ ਅੱਛਾ, ਬਹੁਤ ਪਿਆਰਾ ਪੀਸ ਜੀ, ਕਣਕ ਲੱਗੀ ਹੋਈ ਹੈ ਦੀਦੀ, ਪੀਸ ਬਹੁਤ ਸੋਹਣਾ, ਬਹੁਤ ਅਲਟੀਮੇਟ ਹੈ ਜੀ, ਤੁਸੀਂ ਕਰਵਾ ਚੌਥ 'ਤੇ ਵੀ ਪਾ ਸਕਦੇ ਹੋ, ਪੀਸ ਬਹੁਤ ਪਿਆਰਾ ਜੀ। ਚੱਕੋ ਜੀ ਅਗਲਾ ਸੈੱਟ ਖੋਲ੍ਹੋ ਜੀ, ਕਲਰ ਦੇਖੀ ਜਾਓ ਦੀਦੀ, ਜਿਹੜਾ ਪੀਸ ਤੁਹਾਨੂੰ ਵਧੀਆ ਲੱਗਦਾ ਜੀ। ਯੈਲੋ ਬੇਟੇ, ਆਹ ਯੈਲੋ ਦੇ ਨਾਲ ਦੇ ਪੀਸ ਮੈਡਮ ਕਹਿੰਦੇ ਸਾਨੂੰ 6 ਚਾਹੀਦੇ ਆ, ਅਤੇ ਇਹ ਪੀਸ ਕੱਢ ਕੇ ਨਾ ਉਹਨੂੰ ਫੜਾ ਦੇ ਰਹਾ ਜੀ, ਠੀਕ ਹੈ। ਇਹ ਲਓ ਆਹ ਕਲਰ ਚੈੱਕ ਕਰ ਲਓ, ਜਿੰਨੇ ਪੀਸ ਚਾਹੀਦੇ ਜੀ। ਆਹ ਖੋਲ੍ਹੋ ਜੀ, ਕੁਝ ਨਵੀਆਂ ਵੀ ਚੀਜ਼ਾਂ ਮੈਂ ਨਾਲ ਦੀ ਨਾਲ ਤੁਹਾਨੂੰ ਬੇਟੇ ਆਹ ਬੋਟਮ ਪਾਓ, ਉਹਦੇ 'ਚ
ਜੀ ਆਹ ਪੀਸ ਚੈੱਕ ਕਰੋ, ਗਰਲਿਸ਼ ਪੈਟਰਨ ਮੇਰਾ ਸੁਪਰ ਹਿੱਟ ਵਿਕ ਰਿਹਾ ਜੀ। ਕੱਪੜਾ ਔਰਗੈਂਜ਼ਾ, ਪਹਿਲੇ ਫੈਬਰਿਕ ਵੀ ਔਰਗੈਂਜ਼ਾ ਸੀਗਾ ਜੀ, ਅਤੇ ਤੁਸੀਂ ਸ਼ਹਿਰ ਦਾ ਨਾਮ ਨਹੀਂ ਲਿਖਿਆ ਅਜੇ ਤੱਕ ਜੀ, 2 ਮਿੰਟ ਵੀਡੀਓ ਰੋਕ ਲਓ ਅਤੇ ਸ਼ਹਿਰ ਦਾ ਨਾਮ ਲਿਖ ਕੇ ਆਓ ਅਤੇ ਤੁਸੀਂ ਦੱਸੋ ਕਿ ਤੁਸੀਂ ਸਾਡੀ ਸ਼ੋਪ 'ਤੇ ਆਏ ਹੋ। ਮੈਂ ਨਾ ਇੱਕ ਹੋਰ ਸਕੀਮ ਕਰਨੀ ਹੈ ਜੀ, ਤੁਸੀਂ ਨਾ ਸਾਰੇ ਕਮੈਂਟ ਕਰੋ, ਜਿਹੜਾ ਕਸਟਮਰ ਇਸ ਵੀਡੀਓ ਨੂੰ ਦੇਖ ਰਿਹਾ ਜੀ, ਜਿਹੜਾ ਸਭ ਤੋਂ ਵਧੀਆ ਇੱਕ ਕਮੈਂਟ ਅਸੀਂ ਜੱਜ ਕਰਾਂਗੇ ਕਿ ਤੁਹਾਡੇ ਕਮੈਂਟ ਜਿਹਦਾ ਸਭ ਤੋਂ ਜ਼ਿਆਦਾ ਲਾਈਕ ਹੋਊਗਾ ਉਸ ਕਸਟਮਰ ਨੂੰ ਆਪਾਂ ਗਿਫਟ ਦੇਵਾਂਗੇ ਜੀ, ਠੀਕ ਹੈ ਜੀ। ਜਿਸ ਕਸਟਮਰ ਦਾ ਕਮੈਂਟ ਸਭ ਤੋਂ ਜ਼ਿਆਦਾ ਲਾਈਕ ਹੋਊਗਾ ਉਹਨੂੰ ਅਸੀਂ ਇੱਕ ਸੂਟ ਗਿਫਟ ਦੇਵਾਂਗੇ ਜੀ। ਇਹ ਲਓ ਦੀਦੀ, ਆਹ ਵਰਕ ਚੈੱਕ ਕਰੋ ਜੀ ਦੀਦੀ, ਇਹਦੀ ਬੋਟਮ ਦੇ ਉੱਪਰ ਕੰਮ ਜੀ, ਇਹਦੇ ਪੱਲੇ ਦੇ ਉੱਪਰ ਕੰਮ ਜੀ ਦੀਦੀ, ਇਹਦੀ ਬਾਜੂ ਦੇ ਉੱਪਰ ਵਰਕ ਜੀ। ਇਹ ਲਓ ਚੀਜ਼ ਚੈੱਕ ਕਰਿਓ ਜੀ, ਮਾਰਕੀਟ ਦੇ ਨਾਲੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਮਾਰਕੀਟ ਦੇ ਨਾਲੋਂ ਜੇ ਤਾਂ ਤੁਸੀਂ ਇੱਕ ਬ੍ਰਾਂਡ ਵਾਲੀ ਸ਼ੋਪ 'ਤੇ ਜਾਓਗੇ ਜੀ ਅਤੇ ਉੱਥੇ ਤਾਂ ਸਾਡੇ ਰੇਟ ਤੁਹਾਨੂੰ ਸਾਡੇ ਰੇਟ ਬਹੁਤ ਡਾਊਨ ਮਿਲਣਗੇ ਜੀ। ਅਗਰ ਤੁਸੀਂ ਇੱਦਾਂ ਦਾ ਵਰਕ ਲੱਭੋਗੇ ਜੀ, ਅਗਰ ਤੁਸੀਂ ਨਵੇਂ ਡਿਜ਼ਾਈਨ ਲੱਭੋਗੇ ਜੀ। ਇਹ ਲਓ ਦੀਦੀ, ਆਹ ਦੁਪੱਟਾ ਚੈੱਕ ਕਰੋ ਦੀਦੀ, ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ, ਕੋਈ ਦੁਕਾਨਦਾਰ ਤੁਹਾਨੂੰ ਇੰਨਾ ਡੀਪਲੀ ਜਾ ਕੇ ਕੱਪੜਾ ਨਹੀਂ ਦਿਖਾਏਗਾ ਜੀ। ਇਹ ਲਓ ਲਓ ਦੀਦੀ, ਇਹ ਤਾਂ ਹੀ ਦਿਖਾਇਆ ਜਾਂਦਾ ਜੀ ਕਿ ਦੇਖੋ ਜਿਹਦਾ ਘਰ ਸਭ ਤੋਂ ਸੋਹਣਾ ਹੁੰਦਾ, ਆਵਾਜ਼ਾਂ ਮਾਰ ਮਾਰ ਕੇ ਦਿਖਾਉਂਦੇ ਜੀ ਗੁਆਂਢੀਆਂ ਨੂੰ, ਆ ਜਾਓ ਸਾਡਾ ਘਰ ਦੇਖੋ ਜੀ। ਉੱਦਾਂ ਹੀ ਇਹ ਪੀਸ ਹੈ ਜੀ, ਜਿਹਦਾ ਜਿੰਨਾ ਸੋਹਣਾ ਪੀਸ ਹੁੰਦਾ ਜੀ ਉਹ ਆਵਾਜ਼ਾਂ ਮਾਰ ਮਾਰ ਕੇ ਦਿਖਾਉਂਦਾ ਕਿ ਭਾਈ ਮੇਰਾ ਪੀਸ ਦੇਖੋ ਮੈਂ ਕਿੰਨਾ ਸੋਹਣਾ ਬਣਾਇਆ, ਇਹਦੇ ਕਲਰ ਖੋਲੋ ਜੀ, ਆਹ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਜੀ, ਕੱਪੜਾ ਬਹੁਤ ਸੌਫਟ ਬਹੁਤ ਸ਼ਾਨਦਾਰ ਆਰਟੀਕਲ ਜੀ, ਕਲਰ ਖੋਲੋ ਜੀ ਇਹਦਾ, ਸੇਮ ਹੈ ਜੀ ਕਲਰ। ਆਹ ਲਓ, ਕੋਈ ਗੱਲ ਨਹੀਂ, ਇਹ ਰਾਜੇ ਇੱਕ ਪੀਸ ਖੋਲਦਿਆ ਕਰੋ। ਆਹ ਲਓ ਜੀ, ਆਹ ਪੀਸ ਚੈੱਕ ਕਰੋ, ਬਹੁਤ ਲਾਜਵਾਬ ਆਰਟੀਕਲ ਜੀ। ਆਹ ਲੈਸ ਤੱਕ ਚੈੱਕ ਕਰੋ ਤੁਸੀਂ, ਸਭ ਕੁਛ ਨਵਾਂ। ਆਹ ਲਓ ਤੁਸੀਂ ਆਹ ਦੁਪੱਟਾ ਚੈੱਕ ਕਰੋ, ਬਹੁਤ ਕੁਛ ਮੈਟਰ ਕਰਦਾ ਜੀ। ਫਿਰ ਅਸੀਂ ਰੇਟ ਕੱਢਦੇ ਹਾਂ ਜੀ ਇੱਕ ਪੀਸ ਦਾ, ਤੁਸੀਂ ਵੀ ਦੇਖਿਆ ਕਰੋ ਦੀਦੀ, ਜੇ ਆਪਾਂ ਮਾਰਕੀਟ ਦੇ ਵਿੱਚ ਇਹਦੇ ਨਾਲ ਦੀ ਲੈਸ ਲੈਣ ਜਾਈਏ ਨਾ, ਤੁਹਾਨੂੰ ਉਹਦਾ ਹੀ ਰੇਟ ਪਤਾ ਚੱਲ ਜੂੰਗਾ ਜੀ। ਇਹਦੀ ਜੇਕਰ ਮੈਂ ਲੈਸ ਹਲਕੀ ਲਵਾ ਦਾਂ ਜੀ, ਉਹਦੇ ਨਾਲ ਰੇਟ ਦਾ ਫਰਕ ਆ ਜਾਣਾ ਜੀ। ਦੁਪੱਟੇ ਦੇ ਉੱਪਰ ਹੈਂਡ ਵਰਕ ਹੈ ਜੀ ਸਾਰਾ, ਇਹਦੇ ਪਰ ਘੱਟ ਵਰਕ ਕਰਾ ਦਾਂ ਜੀ, ਉਹਦਾ ਰੇਟ ਦਾ ਫਰਕ ਆ ਜਾਣਾ। ਇਹ ਚੀਜ਼ਾਂ ਨੋਟ ਕਰਿਆ ਕਰੋ, ਅਸੀਂ ਕਿਉਂਕਿ ਜਿਹੜੀ ਚੀਜ਼ ਆਪਣੇ ਕਸਟਮਰ ਲਈ ਬਣਵਾਉਂਦੇ ਸਭ ਤੋਂ ਬੈਸਟ ਬਣਵਾਉਂਦੇ ਹਾਂ ਜੀ। ਲਓ ਬੇਟੇ ਅਗਲਾ ਖੋਲੋ, ਰਾਜੇ ਰਿਪੀਟ ਵਾਲੇ ਵੀ, ਉਹ ਤਾਜ ਮਹਿਲ ਵਾਲਾ ਡਿਜ਼ਾਈਨ ਦੇ ਦੇ ਬੇਟੇ। ਹਾਂ ਤਾਜ ਮਹਿਲ ਵਾਲਾ ਦਿਖਾਉਂਦਾ ਦੀਦੀ, ਬਹੁਤ ਸੁਪਰ ਵਿਕਦਾ ਹੈ, ਤੁਹਾਡੇ ਘਰ ਪਤਾ ਨਹੀਂ ਆ ਗਿਆ, ਪਤਾ ਨਹੀਂ ਨਹੀਂ ਆਇਆ ਹਜੇ ਤੱਕ। ਹੈਲੋ ਜੀ, ਤਾਜ ਮਹਿਲ ਵਾਲਾ ਡਿਜ਼ਾਈਨ, ਵਾਓ ਸੋ ਬਿਊਟੀਫੁੱਲ। ਕਮੈਂਟ ਕਰੋ ਜੀ, ਜਿਹਦੇ ਕਮੈਂਟ ਸਭ ਤੋਂ ਜ਼ਿਆਦਾ ਲਾਈਕ ਹੋਣਗੇ ਉਹਨੂੰ ਆਪਾਂ ਗਿਫਟ ਦੇਵਾਂਗੇ ਜੀ, ਇਹ ਪੱਕੀ ਹੈ ਜੀ। ਐਡਰੈਸ ਤੁਹਾਡਾ ਲੈ ਕੇ ਤੁਹਾਡੇ ਘਰ ਅਸੀਂ ਪੀਸ ਭੇਜ ਦੇਣਾ ਜੀ, 3150 ਜੀ। ਇਹ ਔਰਗੈਂਜ਼ਾ ਦੇ ਉੱਪਰ ਜੀ, ਇਹ ਤੁਹਾਨੂੰ 31 ਮਤਲਬ ਚਾਹੇ ਤੁਸੀਂ ਸ਼ੋਪ 'ਤੇ ਆ ਕੇ ਲੈ ਜਾਓ, ਚਾਹੇ ਤੁਸੀਂ 31 ਫਿਰ ਬੇਟੇ 3250 ਕਰ ਦੇ। ਐ ਲਓ ਜੀ 3250 ਜੀ, ਇਹ ਚਾਹੇ ਤੁਸੀਂ, ਮੈਂ ਇਹਦੇ ਸ਼ਿਪਿੰਗ ਨਹੀਂ ਲੈ ਰਿਹਾ ਕਿਉਂਕਿ ਮੇਰਾ ਪੀਸ ਇਹ ਬਹੁਤ ਵਿਕ ਰਿਹਾ ਜੀ। ਤੁਸੀਂ ਇਹ ਤਾਜ ਮਹਿਲ ਦੇਖਿਓ, ਪਹਿਲਾਂ ਦੁਪੱਟਾ ਚੈੱਕ ਕਰੋ, ਫੁੱਲ ਪਿਓਰ ਔਰਗੈਂਜ਼ਾ ਦੇ, ਇਹਦੇ ਕਲਰ ਲਗਾ ਦਿਓ ਜੀ ਸਾਰੇ ਅੱਗੇ। ਦੀਦੀ ਇੱਦਾਂ ਇਹਦੀ ਬੋਟਮਾਂ ਨਹੀਂ ਹੈ ਜੀ, ਇਹ ਇੱਦਾਂ ਲੱਗਦਾ ਕਿ ਇਹ ਵਰਕ ਹੈ ਜੀ, ਇਹ ਇੱਦਾਂ ਲੱਗਦਾ ਜਿੱਦਾਂ ਇੱਕ ਫੋਟੋ ਲੱਗੀ ਹੋਈ ਹੁੰਦੀ ਹੈ ਜੀ, ਆਪਾਂ ਫੋਟੋ ਨੈੱਟ ਤੋਂ ਪ੍ਰਿੰਟ ਕਰਕੇ ਫੋਟੋ ਲਗਾ ਦਿੱਤੀ ਹੁੰਦੀ ਹੈ ਜੀ। ਇਹ ਲਓ ਦੀਦੀ ਕਲਰ ਚੈੱਕ ਕਰੋ, ਮਜੈਂਟਾ ਕਲਰ, ਹਲਦੀ ਵਾਲਾ ਕਲਰ ਜੀ। ਲਓ ਦੀਦੀ ਕੰਮ ਦੀ ਸਫਾਈ ਚੈੱਕ ਕਰੋ, 3250 ਜੀ, ਇਨਕਲੂਡਿੰਗ ਇੰਡੀਆ ਦੀ ਸ਼ਿਪਿੰਗ ਜੀ। ਹੈ ਪੀਸ ਚੈੱਕ ਕਰੋ ਜੀ, ਸ਼ਾਨਦਾਰ ਆਰਟੀਕਲ ਜੀ, ਜਿਹਦੀ ਹਰ ਪੀਸ ਦੇ ਉੱਪਰ ਟੈਗ ਲੱਗਿਆ ਹੁੰਦਾ 3250 ਹੈ ਜੀ। ਮੈਂ ਇਹਦੇ 'ਚ ਤੁਹਾਡੇ ਤੋਂ ਸ਼ਿਪਿੰਗ ਨਹੀਂ ਲੈ ਰਿਹਾ ਕਿਉਂਕਿ ਇਹ ਪੀਸ ਤੁਹਾਡਾ ਬਹੁਤ ਮੇਰਾ ਵਿਕਦਾ ਜੀ, ਇਹਦੇ 'ਚ
ਆ ਲਓ ਆਪਣੀ ਸ਼ਕਲ ਦੀ ਬਲੈਕ ਬਿਊਟੀ ਅਲਟੀਮੇਟ ਲਓ ਦੀਦੀ ਵਾਈਟ ਬਿਊਟੀ ਬਹੁਤ ਸ਼ਾਨਦਾਰ ਆਰਟੀਕਲ ਦੀਦੀ ਵਾਈਟ ਖੋਲੋ ਇਹਦੇ 'ਚ ਬਲੈਕ ਖਿਲਵਾ ਦਿੰਦਾ ਜੀ ਜਿਹੜਾ ਕਲਰ ਤੁਸੀਂ ਕਹੋਗੇ ਮਜੈਂਟਾ ਕਹੋਗੇ ਮਜੈਂਟਾ ਵੀ ਖਿਲਾ ਦੂੰਗਾ ਕੋਈ ਚੱਕਰ ਨਹੀਂ ਕਮੈਂਟ ਕਰੋ ਵੀਡੀਓ ਨੂੰ ਲਾਸਟ ਤੱਕ ਦੇਖੋ ਜੋ ਕਮੀ ਆ ਉਹ ਦੱਸ ਦਿਓ ਕੋਈ ਚੱਕਰ ਨਹੀਂ ਉਰੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜੀ ਕਈ ਵਾਰੀ ਕਸਟਮਰ ਦਾ ਬਜਟ ਨਹੀਂ ਹੁੰਦਾ ਸਮਝੋ ਕਈ ਵਾਰੀ ਆਪਣਾ ਬਜਟ ਹੁੰਦਾ ਜੀ 1000-1500 ਰੁਪਈਆ ਜੀ ਆਪਾਂ ਨੂੰ ਸੂਟ ਵਧੀਆ ਆ ਜਾਂਦਾ ਆਪਾਂ ਕਹਿਣ ਲੱਗ ਜਾਂਦੇ ਕਿ ਉਹ ਮੈਨੂੰ ਅੱਛਾ ਨਹੀਂ ਲੱਗਿਆ ਆਪਾਂ ਉੱਥੇ ਨੈਗਟਿਵ ਕਮੈਂਟ ਕਰ ਦਿੰਦੇ ਆ ਜੀ ਉਹ ਜ਼ਰੂਰ ਚੈੱਕ ਕਰਿਆ ਕਰੋ ਜੀ ਉਹ ਨਾ ਕਰਿਆ ਕਰੋ ਤੁਸੀਂ ਸਾਨੂੰ ਲਿਖ ਕੇ ਦੱਸੋ ਕਿ ਭਾਅ ਜੀ ਸਾਨੂੰ 1500-2000 ਦੀ ਰੇਂਜ 'ਚ ਚੀਜ਼ ਦਿਖਾਓ ਅਸੀਂ ਉਹ ਰੇਂਜ ਦਿਖਾਵਾਂਗੇ ਜੀ ਲਓ ਦੀਦੀ ਆਹ ਪੀਸ ਚੈੱਕ ਕਰੋ ਜੀ ਹਾਂ ਜੇ ਇਹ ਬਾਕੀ ਦੇ ਵਿੱਚ ਤੁਹਾਨੂੰ ਇਹ ਪੀਸ ਸਸਤਾ ਮਿਲਦਾ ਸੈ ਤੋ ਤਾਂ ਤੁਸੀਂ ਸਕਰੀਨਸ਼ੋਟ ਵਿਦ ਪ੍ਰੂਫ ਦਿਓ ਕਿ ਆਹ ਦੇਖੋ ਜੀ ਆਹ ਫਲਾਣਾ ਦੁਕਾਨਦਾਰ ਇੰਨੇ ਦਾ ਪੀਸ ਵੇਚ ਰਹੇ ਤੁਸੀਂ ਮਹਿੰਗਾ ਵੇਚ ਰਹੇ ਹੋ ਤਾਂ ਅਸੀਂ ਉਹਦਾ ਵੀ ਤੁਹਾਨੂੰ ਗਿਫਟ ਦੇਵਾਂਗੇ ਜੀ ਕਿਉਂਕਿ ਅਗਰ ਤੁਸੀਂ ਇੱਦਾਂ ਕਰੋਗੇ ਨਾ ਉਹਦੇ ਨਾਲ ਅਸੀਂ ਕਾਮਯਾਬ ਹੋ ਜਾਵਾਂਗੇ ਜੀ ਐ ਲਓ ਜੀ ਅਗਰ ਤੁਸੀਂ ਸਾਨੂੰ ਡੀਮੋਟੀਵੇਟ ਕਰੋਗੇ ਜੀ ਨੈਗਟਿਵ ਕਮੈਂਟ ਕਰਕੇ ਫਿਰ ਅਸੀਂ ਤੁਹਾਡੀ ਗੱਲ ਪਰ ਧਿਆਨ ਨਹੀਂ ਦੇਵਾਂਗੇ ਕਿਉਂਕਿ ਸਾਨੂੰ ਹਰ ਚੀਜ਼ ਦਾ ਅਸੀਂ ਆਪਣੀ ਤਿਆਰ ਕਰਵਾਉਂਦੇ ਹਾਂ ਜੀ ਅਸੀਂ ਰੇਟਾਂ ਦੇ ਵਿੱਚ ਵੜ ਕੇ ਜੀ ਕਿ ਕਈ ਚੀਜ਼ ਕਿੱਦਾਂ ਲੱਗਣੀ ਹੈ ਜੀ ਆਲੋ ਆਹ ਦੁਪੱਟਾ ਚੈੱਕ ਕਰੋ ਦੀਦੀ ਇਹਦੇ ਪਰ ਲੈਸ ਲਗਵਾ ਸਕਦੇ ਸੀਗੇ ਪਰ ਆ ਨਲਕੀ ਲਗਵਾਈ ਜੀ ਹੱਥ ਦੀ ਕਿ ਕਸਟਮਰ ਨੂੰ ਵਧੀਆ ਲੱਗੇ ਜੀ ਜਦੋਂ ਤੁਸੀਂ ਚੀਜ਼ ਪਾਓ ਤਾਰੀਫ ਹੋਵੇ ਜੀ ਐ ਲਓ ਇਹ ਕਲਰ ਚੱਕ ਦਿਓ ਜੀ ਉੱਪਰਲੇ ਇਹਦਾ ਮਜੈਂਟਾ ਕਲਰ ਦੀਦੀ ਕਹਿੰਦੇ ਖੋਲ ਦਿਓ ਖੋਲ ਦਿੰਦਾ ਜੀ ਜਿੰਨੇ ਮਰਜ਼ੀ ਪੀਸ ਲਈ ਜਾਇਓ ਥੋੜ੍ਹਾ ਟਾਈਮ ਦੇ ਦਿਓ ਪੀਸ ਤੁਹਾਨੂੰ ਮਿਲੀ ਜਾਣੇ ਜੀ ਐਲੋ ਆਹ ਮਜੈਂਟਾ ਖੁਲਵਾਉਂਦਾ ਮਜੈਂਟਾ ਖੋਲੋ ਜੀ ਮੈਂ ਦੀਦੀ ਇਹਦੇ ਨਾਲ ਕੰਬੀਨੇਸ਼ਨ ਤੁਹਾਨੂੰ ਦਿਖਾ ਦਿੰਦਾ ਮਸਟਰਡ ਨਾਲ ਫਰੋਜੀ ਦਾ ਕੰਬੀਨੇਸ਼ਨ ਹੈ ਜੀ ਐਲੋ ਅਤੇ ਜੈਨ ਮੂੰਗੀਆ ਦੇ ਨਾਲ ਮਸਟਰਡ ਕਲਰ ਦਾ ਕੰਬੀਨੇਸ਼ਨ ਹੈ ਜੀ ਦੁਪੱਟੇ 'ਚ ਠੀਕ ਹੈ ਜੀ ਇਹਦੇ ਵਿੱਚ ਹੈਗਾ ਜੀ ਐਲੋ ਜੀ ਇਹ ਸਟੀਲ ਗਰੇ ਦੇ ਨਾਲ ਪੀਚ ਰਸਟ ਕਲਰ ਦੇ ਨਾਲ ਪੀਚ ਕਲਰ ਦਾ ਕੰਬੀਨੇਸ਼ਨ ਜੀ ਐਲੋ ਦੀਦੀ ਆਹ ਮਜੈਂਟਾ ਕਲਰ ਬਹੁਤ ਸੋਹਣਾ ਪੀਸ ਹੈ ਦੀਦੀ ਬਹੁਤ ਸ਼ਾਨਦਾਰ ਆਰਟੀਕਲ ਹੈ ਸਾਰੀਆਂ ਗੱਲਾਂ ਛੱਡ ਕੇ ਇੱਕ ਗੱਲ ਦੱਸੋ ਕਿ ਵਰਕ ਲੱਗਦਾ ਜਾਂ ਪੇਂਟਿੰਗ ਲੱਗਦੀ ਆ ਕਨੂ ਰਾਜੇ ਤੈਨੂੰ ਕਿਆ ਲੱਗਦਾ ਪੇਂਟਿੰਗ ਲੱਗਦੀ ਹੈ ਕਿ ਆਪਾਂ ਕੋਈ ਨੈੱਟ ਤੋਂ 3D ਫੋਟੋ ਕੱਢੀ ਹੋਈ ਆ ਉਹਨੂੰ ਪੇਸਟ ਕਰਤਾ ਐਲੋ ਮੈਨੂੰ ਪਤਾ ਤੁਹਾਨੂੰ ਵੀ ਲੱਗਦਾ ਪਿਆ ਤੁਸੀਂ ਦੱਸਣਾ ਨਹੀਂ ਜਾਣ ਕੇ ਹੈ ਨਾ ਐਲੋ ਪੀਸ ਚੈੱਕ ਕਰੋ ਵਰਕ ਦੀ ਕੁਆਲਿਟੀ ਚੈੱਕ ਕਰੋ ਹੈ ਨਾ ਪੀਸ ਮੂੰਹੋਂ ਬੋਲਦਾ ਚੱਕੋ ਬੇਟੇ ਹੋਰ ਦਿਖਾਓ ਜੀ ਲਓ ਦੀਦੀ ਜਿਹੜੀ ਤੁਸੀਂ ਜਿਹੜੀ ਰੇਂਜ ਦੇਖਣੀ ਆ ਜੀ ਇਹ ਜਿੱਦਾਂ ਸਾਨੂੰ ਕਸਟਮਰ ਮੈਸੇਜ ਕਰਦੇ ਰਹਿੰਦੇ ਆ ਦਬਕਾ ਵੀ ਦਿਖਾਉਂਦਾ ਦੀਦੀ ਆਹ ਚੱਕ ਪੁੱਤ ਪੀਸ ਚੈੱਕ ਕਰਿਓ ਐਲੋ ਐਲੋ ਫੋਟੋ ਚੈੱਕ ਕਰੋ ਦੀਦੀ ਪਾਕਿਸਤਾਨੀ ਸਟਾਈਲ ਪਾਕਿਸਤਾਨੀ ਸਟਾਈਲ ਦੀਦੀ ਬਹੁਤ ਸੋਹਣਾ ਪੀਸ ਦੀਦੀ ਬਹੁਤ ਲਾਜਵਾਬ ਪੀਸ ਚੈੱਕ ਕਰੋ ਦੀਦੀ ਫੋਟੋ ਨੂੰ ਛੱਡੋ ਜੀ 6850 ਬੇਟੇ ਦੀਦੀ ਨਵੀਆਂ ਚੀਜ਼ਾਂ ਜੀ ਸ਼ਾਨਦਾਰ ਚੀਜ਼ਾਂ ਜੀ ਅਲਟੀਮੇਟ ਆਰਟੀਕਲ ਜੀ ਲਾਜਵਾਬ ਆਰਟੀਕਲ ਦੀਦੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੀ ਜਾਇਓ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਐਲੋ ਦੀਦੀ ਦੀਦੀ ਇਹ ਨੈੱਕ ਦੇ ਉੱਪਰ ਵਰਕ ਆਉਣਾ ਜੀ ਸਭ ਤੋਂ ਪਹਿਲਾਂ ਜੀ ਪੀਸ ਚੈੱਕ ਕਰਿਓ ਇਹਦੀ ਬੋਟਮ ਦੇ ਉੱਪਰ ਵਰਕ ਜੀ ਦੁਪੱਟਾ ਚੈੱਕ ਕਰੋ ਇਹਦੀ ਬਾਜੂ ਦਿਖਾਉਂਦਾ ਜੀ ਤੁਹਾਨੂੰ ਲਓ ਜੀ ਆਹ ਦੁਪੱਟਾ ਬਹੁਤ ਸੋਹਣਾ ਪੀਸ ਦੀਦੀ ਆਲੋ ਸ਼ਾਨਦਾਰ ਕੰਮ ਚੈੱਕ ਕਰੋ ਨੈੱਕ ਦੇ ਉੱਪਰ ਵਰਕ ਵਰਕ ਦੀ ਕੁਆਲਿਟੀ ਚੈੱਕ ਕਰੋ ਦੀਦੀ ਆਲੋ ਬਾਜੂ ਚੈੱਕ ਕਰੋ ਲਓ ਬਾਜੂ ਚੈੱਕ ਕਰੋ ਦੀਦੀ
ਕਿੰਨੀ ਸੋਹਣੀ ਬਣੀ ਹੋਈ ਹੈ ਦੀਦੀ, ਸ਼ਾਨਦਾਰ, ਬਿਲਕੁਲ ਯੂਨੀਕ ਜੀ, ਬਿਲਕੁਲ ਅਲਟੀਮੇਟ ਜੀ। ਲਓ ਜੀ, ਇਹਦਾ ਕਲਰ ਖੋਲੋ ਜੀ, ਬਹੁਤ ਪਿਆਰਾ ਪੀਸ ਹੈ ਮੈਡਮ, ਬਹੁਤ ਸ਼ਾਨਦਾਰ ਆਰਟੀਕਲ ਹੈ, ਲਾਜਵਾਬ ਆਰਟੀਕਲ ਹੈ ਜੀ। ਆ ਪਿਆ ਦੱਸੀ ਭਾਅ ਜੀ, ਹਾਂਜੀ, ਹੈਲੋ, ਕਲਰ ਚੈੱਕ ਕਰੇ ਜੀ। ਇਹ ਤਕਰੀਬਨ, ਚਲੋ ਮੈਂ ਕਲਰ ਨਹੀਂ ਖੋਲਦਾ ਇਹਦੇ, ਉਹਦੇ ਵਿੱਚ ਰਹਿਣ ਦਿਉ ਜੀ, ਬਸ ਇਹਦੇ ਨਾ ਥੋੜ੍ਹਾ ਸੀਪੀ ਦਾ ਕਲਰ ਚੇਂਜ ਕੀਤਾ ਹੋਇਆ, ਬਾਕੀ ਸਾਰਾ ਕੁਝ ਸੇਮ ਹੈ ਜੀ, ਇਹ ਥੋੜ੍ਹਾ ਸੀਪੀ ਦਾ ਕਲਰ ਚੇਂਜ ਕੀਤਾ ਹੋਇਆ। ਚਲੋ ਆ ਲਓ, ਵਰਕ ਕਲੋਜ਼ ਕਰੋ, ਸ਼ਾਨਦਾਰ ਪਟਿਆਲਾ। ਆ ਚੱਕਦੇ ਰਾਜੇ, ਦਬਕੇ ਵਾਲੇ ਪੈਟਰਨ ਦਿਖਾ ਗਾਹਕ ਨੂੰ, ਹੈ ਨਾ, ਦਬਕੇ ਵਾਲੇ ਪੈਟਰਨ ਦਿਖਾਉਂਦਾ ਜੀ। ਹੈਲੋ ਦੀਦੀ, ਚੀਜ਼ਾਂ ਇੱਕ ਤੋਂ ਇੱਕ ਦੀਦੀ, ਹਰ ਰੋਜ਼ ਨਵਾਂ ਕੱਪੜਾ, ਲਾਈਵ ਵੀ ਦੇਖਿਆ ਕਰੋ। ਹੈਲੋ ਦੀਦੀ, ਦੀਦੀ ਇਹ ਆਉਣੀ ਹੈ ਸਾਟਨ, ਇਹ ਸੋਰੀ ਜਿਮੀ ਚੂ। ਲਓ ਦੀਦੀ, ਜਿਮੀ ਚੂ ਕੱਪੜੇ ਦੇ ਉੱਪਰ ਜੀ, ਜਿਮੀ ਚੂ ਕੱਪੜੇ ਦੇ ਉੱਪਰ ਦੀਦੀ ਦਬਕੇ ਦਾ ਕੰਮ ਜੀ। ਹੈਲੋ ਦੀਦੀ, ਬੋਟਮ ਲਾਓ ਜੀ ਨੀਚੇ, ਜਿਮੀ ਚੂ ਕੱਪੜੇ ਦੇ ਉੱਪਰ ਦੀ ਸਾਰਾ ਹੈਂਡ ਦਬਕੇ ਦਾ ਕੰਮ ਜੀ। ਤੁਹਾਡੇ 47 ਚੈੱਕ ਕਰ ਲਿਆ ਰੇਟ ਹੈ ਦੀਦੀ, 4600 ਦਾ ਪੀਸ ਜੀ। ਲਓ ਜੀ, ਝਟਕਾ ਦੇ ਤਾ ਬੇਟੇ, ਤੈਂ ਪੀਸ ਚੈੱਕ ਕਰਿਓ, 4700 ਜੀ, ਫੈਬਰਿਕ ਜਿਮੀ ਚੂ, ਸਾਰਾ ਟੋਟਲੀ ਪੀਸ ਬਹੁਤ ਸੋਹਣਾ। ਜਿਹਦੇ ਲੁੱਟ ਲਓ ਮੇਲਾ ਨਾ ਛੱਡਿਓ, ਕੰਮ ਦੀ ਕੁਆਲਿਟੀ ਚੈੱਕ ਕਰਿਓ। ਇੱਕ ਮਿੰਟ ਦਬਕਾ ਦਿਖਾਓ ਜੀ, ਪਹਿਲਾਂ ਪੀਸ ਚੈੱਕ ਕਰਿਓ, ਕਲਰ ਚੈੱਕ ਕਰਿਓ, ਅਲਮਾਰੀ ਖੋਲ੍ਹ ਕੇ ਦੇਖਿਓ, ਕੋਪਰ ਕਲਰ ਹੈਗਾ, ਚੋਕਲੇਟੀ ਕਲਰ, ਸਵਾਲ ਹੀ ਨਹੀਂ ਪੈਦਾ ਹੁੰਦਾ। ਕਲਰ ਰੱਖੋ ਜੀ ਇਹਦੇ ਅੱਗੇ। ਐ ਲਓ ਜੀ, ਦੁਪੱਟਾ ਚੈੱਕ ਕਰੋ, ਸੇਮ ਫੈਬਰਿਕ ਦਾ ਦੁਪੱਟਾ ਦੇ ਦੀ। ਐ ਲਓ, ਬਹੁਤ ਪਿਆਰਾ ਪੀਸ ਜੀ, ਬਹੁਤ ਸ਼ਾਨਦਾਰ ਆਰਟੀਕਲ, ਜਿੰਨੇ ਪੀਸ ਚਾਹੀਦੇ ਦੇ ਦਾਂਗਾ, ਨੋ ਪ੍ਰੋਬਲਮ ਜੀ। ਮਤਲਬ ਜਲਦੀ ਤੁਹਾਨੂੰ ਕਰਨੇ ਪੈਣੇ, ਇੱਕ ਨਾਲ ਦੇ 6-6 ਪੀਸ ਹੁੰਦੇ ਆ, ਫਿਰ ਉਸ ਤੋਂ ਬਾਅਦ ਜੀ ਸਾਰੇ ਔਰਡਰ ਦੇ ਉੱਪਰ ਨਾਲ ਦੀ ਨਾਲ ਬਣੀ ਜਾਂਦੇ ਆ। ਲਓ ਦੀਦੀ, ਆਏ ਹਾਏ ਹਾਏ ਹਾਏ, ਕਲਰ ਇਹ ਕਿਹੜਾ ਕਲਰ ਹੈ ਜੀ, ਬੈਂਗਨੀ ਕਲਰ। ਐ ਲਓ, ਖੋਲਿਓ ਵਾਲਾ ਕਲਰ, ਸਕਰੀਨਸ਼ੋਟ ਲੈ ਲਓ ਮੈਡਮ, ਫਟਾਫਟ ਔਰਡਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਹਰ ਰੋਜ਼ ਤੁਹਾਡੇ ਘਰ ਨਵੀਂ ਵਰਾਇਟੀ ਪਹੁੰਚਾ ਸਕੀਏ। ਤੁਹਾਡੇ ਦੇਖਣ ਦੇ ਨਾਲ ਜੀ ਸਾਡਾ ਹੌਸਲਾ ਵੱਧਦਾ, ਤੁਹਾਡੇ ਕਮੈਂਟ ਕਰਨ ਦੇ ਨਾਲ ਜੀ ਸਾਡੀ ਜਿਹੜੀ ਕੰਮ ਕਰਨ ਦੀ ਸ਼ਕਤੀ ਹੈ ਜੀ ਉਹ ਦੁੱਗਣੀ ਹੁੰਦੀ ਹੈ ਜੀ। ਸਾਨੂੰ ਹੋਰ ਦਿਲ ਕਰਦਾ, ਅਸੀਂ ਹੋਰ ਮਿਹਨਤ ਕਰੀਏ, ਅਸੀਂ ਹੋਰ ਕੁਛ ਨਵਾਂ ਲੈ ਕੇ ਆਈਏ, ਤੁਹਾਡਾ ਸਾਥ ਚਾਹੀਦਾ ਜੀ। 4700 ਦੀ ਰੇਂਜ ਦੀਦੀ ਦਬਕੇ ਦਾ ਪੀਸ, ਵਰਕ ਚੈੱਕ ਕਰ ਲਓ ਇਹਦੇ ਕਲਰ ਦੀਦੀ, ਮੈਂ ਦੋ ਖੋਲ੍ਹਤੇ, ਦੋ ਇੱਦਾਂ ਹੀ ਲਗਾ ਦਿੰਦਾ ਕਿਉਂਕਿ ਵਰਾਇਟੀ ਹੋਰ ਬਹੁਤ ਆਈ ਹੋਈ ਹੈ, ਉਹ ਵੀ ਦਿਖਾਉਣੀ ਹੈ ਹਜੇ ਤੁਹਾਨੂੰ। ਹੈ ਲਓ, ਜਿਹੜਾ ਕਲਰ ਦੀਦੀ ਤੁਹਾਨੂੰ ਵਧੀਆ ਲੱਗਦਾ, ਸ਼ਾਨਦਾਰ ਨੇ, ਇੱਕ ਤੋਂ ਇੱਕ ਚੀਜ਼ਾਂ ਦੀਦੀ। ਹੈ ਲਓ, ਦੁਪੱਟੇ ਚੈੱਕ ਕਰੋ, ਚੱਕ ਬੇਟੇ, ਸਕਰੀਨਸ਼ੋਟ ਲੈ ਲਓ, ਜਿਹੜਾ ਕਲਰ ਵਧੀਆ ਲੱਗਦਾ ਜੀ। ਵੀਡੀਓ ਦੇਖੀ ਜਾਓ, ਤੁਸੀਂ ਸਾਡੇ ਨਾਲ ਨਵੇਂ ਜੁੜੇ ਹੋ, ਇੱਕ ਪੀਸ ਮੰਗਾ ਕੇ ਦੇਖ ਲਿਓ, ਮੈਂ ਨਹੀਂ ਤੁਹਾਨੂੰ ਕਹਾਂਗਾ ਕਿ ਤੁਸੀਂ ਸਾਡੇ ਤੋਂ ਇੰਨੀ ਸਾਰੀ ਆਹ ਦੇ ਬੇਟੇ, ਹਾਂ ਹਾਂ ਆਹ ਵਾਲਾ ਸੈੱਟ। ਹੈਲੋ ਜੀ, ਆਹ ਪੀਸ ਚੈੱਕ ਕਰੋ ਜੀ, ਉਹ ਖੋਲੋ ਫਿਰੋਜ਼ੀ ਕਲਰ, ਦੇਖ ਬੇਟੇ ਕਿਆ ਰੇਟ ਹੈ, ਸੇਮ ਰੇਟ ਆ ਦੀਦੀ, ਨਜ਼ਾਰੇ ਆ, ਖੁੱਲ੍ਹੇ ਗੱਫੇ, ਲੁੱਟ ਲਓ ਮੇਲਾ।
ਜੀ ਆ ਲਓ 4600 ਮਾਰਕੀਟ ਦਾ ਰੇਟ 53 ਹੈ ਜੀ ਲੋਜ ਦੀ ਸਾਟਨ ਦੇ ਉੱਪਰ ਪਿਓਰ ਜਿਮੀ ਚੂ ਫੈਬਰਿਕ ਅਸੀਂ ਬਾਈ ਪੀਸ ਦੱਸੋ ਕਿੱਦਾਂ ਦਾ ਬਣਿਆ ਦੇ ਦਾ ਭਾਬੀ ਲਈ ਕਰਦਾ ਬੁੱਕ ਲਓ ਜੀ ਦੇਖਿਆ ਇੱਕ ਦਾ ਬੁੱਕ ਹੋ ਗਿਆ ਜੀ ਮੇਰਾ ਨਾਲ ਦੀ ਨਾਲ ਵਿਆਹ ਨੂੰ ਪਾ ਲੂੰਗੇ ਮੁੰਡੇ ਦਾ ਵਿਆਹ ਕਰਨਾ ਨਾ ਉਹਦੇ ਪਰ ਪਾਵਾਂਗੇ ਜੀ ਆਲੋ ਕਲਰ ਚੈੱਕ ਕਰੋ ਪੀਸ ਬਹੁਤ ਸੋਹਣਾ ਜੀ ਆਲੋ ਅਤੇ ਆਲੋ ਆਹ ਪੀਸ ਦੇਖੋ ਦੀਦੀ ਬਹੁਤ ਸੋਹਣਾ ਪੀਸ ਹੈ ਜੀ ਵਿਆਹ ਵਾਲੇ ਮੁੰਡੇ ਬਹੁਤ ਹੈ ਨਾ ਜੀ ਸਾਡੇ ਕੋਲ ਇੱਕ ਆਹ ਛੋਟਾ ਵਿਸ਼ਾਲ ਬੈਠਾ ਜੀ ਜਿਹੜਾ ਸੂਟਾਂ ਦਾ ਰੇਟ ਲਿਖ ਰਿਹਾ ਇਹਦਾ ਵੀ ਵਿਆਹ ਕਰਨਾ ਜੀ ਆਲੋ ਕਲਰ ਚੈੱਕ ਕਰੀ ਜਾਓ ਜੀ ਜਿਹੜਾ ਪੀਸ ਤੁਹਾਨੂੰ ਵਧੀਆ ਲੱਗਦਾ ਜੀ ਬਹੁਤ ਸੋਹਣਾ ਪੀਸ ਹੈ ਜੀ ਆਲੋ ਦੀਦੀ ਵਿਸ਼ਾਲ ਵੀ ਬਹੁਤ ਸੋਹਣਾ ਦੀਦੀ ਆਲੋ ਆਹ ਕਲਰ ਚੈੱਕ ਕਰੋ ਇਹਦਾ ਵਿਆਹ ਕਰਨਾ ਮੁੰਡੇ ਦਾ ਆਪਾਂ ਥੋੜ੍ਹਾ ਜਿਹਾ ਬਸ ਮਿਹਨਤ ਕਰਨ ਲੱਗ ਜਾਵੇ ਹਜੇ ਮਿਹਨਤ ਘੱਟ ਕਰਦਾ ਆਲੋ ਦੀਦੀ ਆਹ ਪੀਸ ਚੈੱਕ ਕਰੋ ਅਲਟੀਮੇਟ ਆਰਟੀਕਲ ਹੈ ਜੀ ਬਹੁਤ ਸੋਹਣਾ ਪੀਸ ਦੀਦੀ ਆਲੋ ਦਫਤੇ ਦਾ ਦੀਦੀ ਹੱਸ ਖੇਡ ਕੇ ਦੇਖੋ ਸਮਝੋ ਗੱਲ ਨੂੰ ਜੀ ਤੁਹਾਡੇ ਬੱਚੇ ਹੈ ਜੀ ਥੱਕ ਜਾਂਦੇ ਆ ਜੀ ਕਿਆ ਕਰੀਏ ਜੀ ਹੱਸਣਾ ਹੈ ਜੀ ਇੱਕ ਦੂਜੇ ਨਾਲ ਹੱਸ ਲਈਦਾ ਜੀ ਐਲੋ ਤੁਸੀਂ ਕਮੈਂਟ ਕਰ ਦਿੰਦੇ ਆ ਉਹਦਾ ਹੌਸਲਾ ਮਿਲ ਜਾਂਦਾ ਜੀ ਫਿਰ ਦੁਬਾਰਾ ਤੋਂ ਲੱਗ ਜਾਈਦਾ ਕਿ ਗਾਹਕ ਨੂੰ ਇਸ ਚੀਜ਼ ਦੀ ਲੋੜ ਹੈ ਤੁਸੀਂ ਕਹਿ ਥੋੜ੍ਹਾ ਜਿਹਾ ਕਹਿ ਦਿੰਦੇ ਹੋ ਭਾਅ ਜੀ ਪੀਸ ਬਹੁਤ ਸੋਹਣਾ ਮੈਂ ਪੀਸ ਮੰਗਵਾਇਆ ਸੀਗਾ ਅੱਛਾ ਐਂ ਦੱਸਿਓ ਕਿਹਦਾ ਕਿਹਦੇ ਨਾਲ ਹੋਇਆ ਸੱਚੀ ਦੱਸਿਓ ਮੈਂ ਪੀਸ ਮੰਗਵਾਇਆ ਆਪਣੇ ਲਈ ਜੀ ਮੇਰੇ ਮੰਮੀ ਨੇ ਲੈ ਲਿਆ ਮੇਰੀ ਭਾਬੀ ਨੇ ਲੈ ਲਿਆ ਮੇਰੀ ਨੰਦ ਨੇ ਲੈ ਲਿਆ ਮੇਰੀ ਨਨਾਨ ਨੇ ਲੈ ਲਿਆ ਮੇਰੀ ਫਰੈਂਡ ਨੇ ਲੈ ਲਿਆ ਸੱਚੋ ਸੱਚੀ ਦੱਸਿਓ ਕਿਹਦੇ ਨਾਲ ਹੋਇਆ ਐਲੋ ਪੀਸ ਚੈੱਕ ਕਰੋ ਜੀ ਚੱਕੋ ਜੀ ਅਗਲਾ ਦੋ ਜੀ ਲਓ ਦੀਦੀ ਕਲਰ ਚੈੱਕ ਕਰੀ ਜਾਓ ਕਰੇਪ ਵੀ ਦਿਖਾ ਦਿੰਦਾ ਇਹ ਸਾਰੀ ਅਲੱਗ ਅਲੱਗ ਵਰਾਇਟੀ ਜੀ ਐਲੋ ਆਹ ਖੋਲੋ ਜੀ ਇਹਦੇ ਹਰ ਪੀਸ ਦੇ ਉੱਪਰ ਟੈਗ ਲੱਗਿਆ ਹੋਏਗਾ ਜੀ ਕਰੇਪ ਵੀ ਦਿਖਾ ਦਿੰਦਾ ਬੇਟੇ ਥੋੜ੍ਹੀ ਕਰੇਪ ਦਿਖਾ ਦੇ ਡਿਜ਼ਾਈਨਰ ਪੀਸ ਡਿਜ਼ਾਈਨਰ ਪੀਸ ਐਲੋ ਜੀ ਇਹਦਾ ਰੇਟ ਕਿੰਨਾ ਹੋਇਆ ਸੇਮ ਰੇਟ ਆ ਬਜੇ ਠੀਕ ਹੈ ਜੀ ਲਓ ਦੀਦੀ ਇਹ ਤੁਹਾਨੂੰ 3 ਡਿਜ਼ਾਈਨ ਇਹਦੇ ਦਿਖਾਉਂਦਾ ਸਾਰੇ ਰੰਗ ਮਿਰਚੀ ਆ ਗਈ ਜੀ ਇਹਦੇ 'ਚ ਅਤੇ ਇੱਦਾਂ ਹੀ ਬਸ ਖਾਸ ਖੇਡ ਕੇ ਟਾਈਮ ਕੱਢੀ ਦਾ ਜੀ ਐਲੋ ਜਿਹੜਾ ਕਲਰ ਤੁਹਾਨੂੰ ਵਧੀਆ ਲੱਗਦਾ ਦੀਦੀ ਐਲੋ ਅਤੇ ਕਮੈਂਟ ਕਰਕੇ ਦੱਸੋ ਕਿ ਕਿਹਦੇ ਕਿਹਦੇ ਨਾਲ ਇੱਦਾਂ ਹੋਇਆ ਕਿ ਐਲੋ ਦੀਦੀ ਪੀਸ ਚੈੱਕ ਕਰਿਓ ਬਹੁਤ ਸੋਹਣਾ ਪੀਸ ਹੈ ਜੀ ਬਹੁਤ ਸ਼ਾਨਦਾਰ ਆਰਟੀਕਲ ਦੀਦੀ ਐਲੋ ਵਰਕ ਦੀ ਕੁਆਲਿਟੀ ਚੈੱਕ ਕਰਿਓ ਕਿ ਭਾਅ ਜੀ ਮੈਂ ਪੀਸ ਮੰਗਵਾਏ ਸੀਗੇ ਹੋਇਆ ਤਾਂ ਬਥੇਰੇ ਜਾਣਿਆਂ ਨਾਲ ਹੈ ਹੁਣ ਮੈਂ ਅੱਜ ਕਮੈਂਟ ਦੇਖਣੇ ਆ ਕਿ ਕੌਣ ਕੌਣ ਕਰਦਾ ਜਿਹਦਾ ਕਮੈਂਟ ਸਭ ਤੋਂ ਵਧੀਆ ਹੋਇਆ ਸਭ ਤੋਂ ਜ਼ਿਆਦਾ ਲਾਈਕ ਹੋਣਗੇ ਉਹਨੂੰ ਇੱਕ ਗਿਫਟ ਜ਼ਰੂਰ ਦੇਣਾ ਜੀ ਇਹ ਪੱਕੀ ਗੱਲ ਹੋ ਗਈ ਜੀ ਅੱਜ ਐਲੋ ਜੀ ਜਿਹਦਾ ਕਮੈਂਟ ਦੇ ਉੱਪਰ ਸਭ ਤੋਂ ਜ਼ਿਆਦਾ ਲਾਈਕ ਹੋਣਗੇ ਉਹਨੂੰ ਇੱਕ ਗਿਫਟ ਜ਼ਰੂਰ ਦੇਣਾ ਜੀ ਐਲੋ ਹੁਣ ਲਾਈਕ ਤੁਸੀਂ ਰਿਸ਼ਤੇਦਾਰਾਂ ਤੋਂ ਵੀ ਕਰਾ ਸਕਦੇ ਹੋ ਅੱਗੇ ਉਹਨਾਂ ਨੂੰ ਵੀਡੀਓ ਸ਼ੇਅਰ ਕਰੋ ਅੱਗੋ ਮੇਰੇ ਕਮੈਂਟ ਨੂੰ ਲਾਈਕ ਕਰੋ ਐਲੋ ਜੀ ਆਹ ਦੀਦੀ ਪੀਸ ਚੈੱਕ ਕਰੋ ਬਹੁਤ ਸੋਹਣਾ ਪੀਸ ਦੀਦੀ ਐਲੋ ਅਤੇ ਵਰਕ ਚੈੱਕ ਕਰੋ ਸੋਹਣੇ ਸੋਹਣੇ ਸੂਟ ਨਵੇਂ ਨਵੇਂ ਰੰਗਾਂ ਮਿਰਚੀ 'ਚ ਨਵੀਆਂ ਨਵੀਆਂ ਚੀਜ਼ਾਂ ਹਰ ਰੋਜ਼ ਤੁਹਾਡੇ ਲਈ ਹਰ ਰੋਜ਼ ਨਵੀਂ ਚੀਜ਼ ਜੀ ਜਿਹੜੀ ਰੇਂਜ ਤੁਸੀਂ ਦੇਖਣੀ ਹੈ ਉਹ ਰੇਂਜ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਭਾਅ ਜੀ ਇਸ ਰੇਂਜ ਦਾ ਅਗਲਾ ਵਲੌਗ ਬਣਾਓ ਜੀ ਅਗਲੀ ਵੀਡੀਓ ਬਣਾਓ ਜੀ ਐਲੋ ਦੀਦੀ ਪੀਸ ਚੈੱਕ ਕਰੋ ਨਵਾਂ ਕਲਰ ਜੀ ਬਿਲਕੁਲ ਡਿਫਰੈਂਟ ਜੀ ਬਿਲਕੁਲ ਸ਼ਾਨਦਾਰ ਆਰਟੀਕਲ ਜੀ ਬੇਟੇ ਕਰੇਪ ਦਿਖਾ ਦੇ ਥੋੜ੍ਹੀ ਜੀ ਕਰੇਪ ਲਓ ਜੀ ਠੀਕ ਹੈ ਜੀ ਲਓ ਦੀਦੀ ਪੀਸ ਚੈੱਕ ਕਰੋ ਬਹੁਤ ਲਾਜਵਾਬ ਜੀ ਚੱਕੋ ਜੀ ਕਰੇਪ ਖੋਲੋ ਜੀ ਹੁਣ ਪੀਸ ਬਹੁਤ ਪਿਆਰਾ ਜੀ ਬਹੁਤ ਸੋਹਣਾ ਪੀਸ ਹੈ ਦੀਦੀ ਬਹੁਤ ਸ਼ਾਨਦਾਰ ਹੈ
ਬਹੁਤ ਅਲਟੀਮੇਟ ਹੈ ਜੀ। ਹੈਲੋ ਕਲਰ ਚੈੱਕ ਕਰੋ ਜੀ, ਪਾਊਡਰ ਸਕਾਈ ਕਲਰ ਖੋਲੋ ਜੀ। ਹੈਲੋ ਦੀਦੀ, ਹੈਲੋ ਦੀਦੀ, ਇਹ ਸਾਰਾ ਫਰੰਟ ਦੀਦੀ ਹੈਵੀ, ਸਾਰਾ ਟੋਟਲੀ ਹੈਂਡਮੇਡ ਜੀ। ਰੇਟ ਆ ਨਾ ਬੇਟੇ ਦਾ 4450 ਇਨਕਲੂਡਿੰਗ ਸ਼ਿਪਿੰਗ। ਹੈਲੋ ਦੀਦੀ 4350 ਜੀ। ਇਹ ਸਾਰਾ ਫਰੰਟ ਹੈਵੀ, ਬਹੁਤ ਸੋਹਣਾ ਪੀਸ ਬਣਿਆ ਹੋਇਆ, ਬਹੁਤ ਅਲਟੀਮੇਟ ਆਰਟੀਕਲ ਹੈ ਜੀ, ਅਲਟੀਮੇਟ ਹੈ ਜੀ। ਇਹਦੇ ਕਲਰ ਚੈੱਕ ਕਰੋ, ਸ਼ਾਨਦਾਰ ਆਰਟੀਕਲ ਹੈ ਜੀ, ਲਾਜਵਾਬ ਆਰਟੀਕਲ ਹੈ ਜੀ। ਹੈਲੋ ਪੀਸ ਚੈੱਕ ਕਰੋ ਦੀਦੀ, ਹੈਲੋ ਕਲਰ ਚੈੱਕ ਕਰੋ ਦੀਦੀ, ਉਹ 'ਚ ਦੱਸ ਦੇ। ਹੈਲੋ ਕਲਰ ਚੈੱਕ ਕਰੋ ਜੀ, ਆਹ ਕਲਰ ਚੈੱਕ ਕਰਿਓ, ਸ਼ਾਨਦਾਰ ਦੀਦੀ। ਜਿਹੜਾ ਕਲਰ ਤੁਹਾਨੂੰ ਵਧੀਆ ਲੱਗਦਾ ਜੀ, ਕਮੈਂਟ ਜ਼ਰੂਰ ਕਰਦੇ ਜਾਓ ਜੀ। ਹੈਲੋ ਹੈਲੋ ਕਲਰ ਚੈੱਕ ਕਰੋ ਦੀਦੀ, ਪੀਸ ਬਹੁਤ ਸੋਹਣਾ ਜੀ, ਬਹੁਤ ਸ਼ਾਨਦਾਰ ਆਰਟੀਕਲ ਹੈ ਦੀਦੀ। ਹੈਲੋ ਰੇਂਜ ਮੁਤਾਬਿਕ ਚੀਜ਼ਾਂ ਨਵੀਆਂ ਨਵੀਆਂ ਜੀ, ਹਰ ਰੋਜ਼ ਤੁਹਾਡੇ ਲਈ ਜੀ। ਤੁਸੀਂ ਫਟਾਫਟ ਸਕਰੀਨਸ਼ੋਟ, ਹੈਲੋ ਆਹ ਕਲਰ ਚੈੱਕ ਕਰਿਓ, ਕਿਹੜਾ ਕਲਰ ਹੈ ਜੀ ਇਹ? ਲੈਂਥ ਨਾਪ ਦਿੰਦਾ ਬੇਟਾ, ਇੰਚੀ ਟੇਪ ਦੋ, ਲੈਂਥ ਨਾਪ ਦਿੰਦਾ ਦੀਦੀ। ਲਓ ਜੀ, ਵੈਸੇ ਲੈਂਥ 43 ਰਖਵਾਉਂਦੇ ਹਾਂ ਜੀ ਆਪਾਂ ਮਿਨੀਮਮ, ਅਤੇ ਮੈਂ ਨਾਪ ਕੇ ਦੱਸ ਦਿੰਦਾ ਜੀ ਲੈਂਥ ਕਿੰਨੀ ਹੈ, ਕੋਈ ਚੱਕਰ ਨਹੀਂ। ਹਾਂ ਦੀਦੀ ਸਹੀ ਹੈ, ਮਤਲਬ ਮੈਂ ਕੰਮ ਸਹੀ ਕਰਦਾ। ਹੈਲੋ 43 ਹੋਆ ਦੀਦੀ, 2 ਇੰਚ ਦਾ ਮਾਰਜਨ ਹੈਗਾ, ਪੀਸ ਬਹੁਤ ਪਿਆਰਾ ਜੀ, ਚੱਕੋ ਜੀ ਇਹਦੇ ਕਲਰ। ਹੈਲੋ ਦੀਦੀ, ਹੈਲੋ ਆਹ ਕਲਰ ਚੈੱਕ ਕਰੋ, ਬਿਲ ਡਾਰਕ ਕਲਰ। ਹੈਲੋ ਦੀਦੀ, ਆਹ ਸੈੱਟ ਆਪਣਾ ਬਹੁਤ ਵਧੀਆ ਵਿਖ ਰਿਹਾ ਜੀ, ਬਹੁਤ ਪਾਸ ਆਰਟੀਕਲ ਹੈ ਜੀ। ਹੈਲੋ ਕਰੇਬ ਦੇ ਉੱਪਰ ਰੇਂਜ ਮੁਤਾਬਿਕ ਚੀਜ਼ ਹੈ ਦੀਦੀ, ਹੈਂਡ ਵਰਕ ਹੈ, ਪੀਸ ਬਹੁਤ ਪਿਆਰਾ ਜੀ, ਪੀਸ ਬਹੁਤ ਸੋਹਣਾ ਜੀ। ਲਓ ਦੀਦੀ ਇਹ ਫਰੰਟ ਆ ਨਾ ਦੀਦੀ ਇਹਦਾ ਸਾਰਾ, ਅਤੇ ਇਹਦਾ ਰੇਟ ਆ ਨਾ ਦੀਦੀ ਜਿਹੜਾ 4350 ਬੇਟੇ। ਹੈਲੋ ਦੀਦੀ, ਸਾਰਾ ਫਰੰਟ ਹੈਵੀ ਜੀ। ਇਹਦੇ ਕਲਰ ਖੋਲੋ ਜੀ, ਕਰੇਬ ਦੇ ਕਲਰ ਦੀਦੀ ਬਿਲਕੁਲ ਡਿਫਰੈਂਟ ਡਿਫਰੈਂਟ ਕਲਰ ਆਉਣਗੇ ਜੀ। ਇਹ ਪੈਟਰਨ ਹੀ ਚੇਂਜ ਕਰਤਾ ਜੀ, ਪਹਿਲਾਂ ਕੁਛ ਹੋਰ ਦਿਖਾ ਰਿਹਾ ਸੀਗਾ ਜੀ। ਹੈਲੋ ਤੁਸੀਂ ਇੱਕ ਵੀਡੀਓ ਦੇ ਵਿੱਚੋਂ ਜਿੰਨੀ ਮਰਜ਼ੀ ਪਰਚੇਜ਼ ਕਰ ਲਓ ਜੀ। ਹੈਲੋ ਸ਼ਾਨਦਾਰ ਕਲਰ ਨੇ ਦੀਦੀ, ਲਾਜਵਾਬ ਆਰਟੀਕਲ ਹੈ, ਅਲਟੀਮੇਟ ਆਰਟੀਕਲ ਹੈ ਜੀ। ਲਓ ਦੀਦੀ ਨਵੀਆਂ ਨਵੀਆਂ ਰੰਗਾਂ ਵਿੱਚ ਜੀ, ਲਓ ਕਲਰ ਚੈੱਕ ਕਰੋ ਦੀਦੀ। ਹੈਲੋ ਜੈਨ ਮੂੰਗੀਆ ਕਲਰ, ਪੀਸ ਬਹੁਤ ਪਿਆਰਾ ਦੀਦੀ, ਇਹ 'ਚ ਰਸਟ ਕਲਰ ਵੀ ਆਇਆ ਜੀ, ਉਹ ਵੀ ਦਿਖਾਉਂਦਾ ਜੀ। 4350 ਦੀਦੀ, ਪੀਸ ਬਹੁਤ ਸ਼ਾਨਦਾਰ ਹੈ ਜੀ। ਲਓ ਦੀਦੀ ਬਲੈਕ ਕਲਰ, ਕਿੱਥੋਂ ਕਿੱਥੋਂ ਲਾਈਵ ਇਹ ਦੇਖ ਰਹੇ ਹੋ ਵੀਡੀਓ, ਇਹ ਤੁਸੀਂ ਹਜੇ ਤੱਕ ਜਿਹਨੇ ਜਿਹਨੇ ਨਹੀਂ ਦੱਸਿਆ ਜੀ, ਇਹ ਗਲਤ ਹੈ, ਜ਼ਰੂਰ ਦੱਸ ਦਿਓ, ਸਾਡਾ ਹੌਸਲਾ ਬਹੁਤ ਵਧੂੰਗਾ ਕਿ ਸਾਡੇ ਸੂਟ ਕਿੱਥੇ ਕਿੱਥੇ ਜਾਂਦੇ ਆ, ਤੁਸੀਂ ਕਿੱਥੇ ਕਿੱਥੇ ਸੂਟ ਮੰਗਵਾਏ ਹੋ, ਇਹ ਵੀ ਦੱਸੋ ਸਾਨੂੰ। ਇਹ ਹੈ ਜੀ, ਜੇ ਤੁਸੀਂ ਕਹੋਗੇ ਕਿ ਕਨੇਡਾ ਇੰਗਲੈਂਡ, ਭਾਅ ਜੀ ਚਲੋ ਅਸੀਂ ਨਹੀਂ ਗਏ, ਸਾਡੇ ਸੂਟ ਤਾਂ ਚੱਲ ਗਏ, ਸਾਨੂੰ ਇਹ ਵੀ ਬੜੀ ਖੁਸ਼ੀ ਹੋਊਂਗੀ ਜੀ। ਹੈਲੋ ਆਹ ਪੀਸ ਚੈੱਕ ਕਰੋ, ਜਿਹੜੀ ਜਗ੍ਹਾ ਅਸੀਂ ਨਹੀਂ ਗਏ ਜੀ ਉੱਥੇ ਸਾਡੇ ਸੂਟ ਚੱਲ ਗਏ। ਹੈਲੋ ਆਹ ਦੀ ਪੀਸ ਚੈੱਕ ਕਰੋ, ਬਹੁਤ ਪਿਆਰਾ ਪੀਸ ਜੀ, ਬਹੁਤ ਸ਼ਾਨਦਾਰ ਆਰਟੀਕਲ ਜੀ। ਇਹਦੇ ਜੀ ਇੱਕ ਫਰੋਜੀ ਕਲਰ ਵੀ ਹੈ ਜੀ ਦੀਦੀ, ਇੱਦਾਂ ਹੀ ਹਰ ਰੋਜ਼ ਤੁਹਾਡੇ ਲਈ ਨਾ ਆਪਾਂ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ, ਠੀਕ ਹੈ ਜੀ। ਬਸ ਤੁਸੀਂ ਪਿਆਰ ਦੇਣਾ ਇਸ ਵੀਡੀਓ ਨੂੰ, ਸ਼ੇਅਰ ਜ਼ਰੂਰ ਕਰ ਦਿਓ ਰਿਸ਼ਤੇਦਾਰਾਂ ਦੇ ਨਾਲ ਜੀ, ਤਾਂ ਜੋ ਕੱਲ੍ਹ ਨੂੰ ਹੋਰ ਨਵੀਂ ਵੀਡੀਓ ਲੈ ਕੇ ਆਈਏ ਜੀ ਤੁਹਾਡੇ ਲਈ ਜੀ। ਹੈਲੋ ਬੇਟੇ ਆਹ ਵੀ ਦਿਖਾ ਦੇ ਸਿਮਰ ਦੇ ਉੱਪਰ ਨਾ ਡਿਜ਼ਾਈਨ, ਹੈਲੋ ਆਹ ਵੀ ਖੋਲਿਓ ਜੀ। ਇਹ ਦੀਦੀ ਮੇਰਾ ਬਹੁਤ ਸੁਪਰ ਵਿਕਦਾ ਪਿਆ,
ਮੈਂ ਤੁਹਾਨੂੰ ਪੀਸ ਖੋਲ ਕੇ ਦਿਖਾ ਦਿੰਦਾ ਸ਼ਿਮਰ ਦੇ ਉੱਪਰ ਦੀਦੀ, ਇਹ 2000 ਰੁਪਏ ਦੀ ਰੇਂਜ ਹੈ ਦੀਦੀ ਪੀਸ ਜੀ ਵਾਲੇ। ਹੈਲੋ ਦੀਦੀ, ਇਹ ਦੁਕਾਨ ਦਾ ਰੇਟ ਹੈਗਾ ਦੀਦੀ ਇਹਦਾ, ਇਹ ਦੀਦੀ ਆਪਣਾ ਓਰੀਜਨਲ ਪੀਸ ਬਣਦਾ ਜੀ। ਹੈਲੋ, ਇਹਦੀਆਂ ਨਾ ਕਾਪੀਆਂ ਬਹੁਤ ਆਉਂਦੀਆਂ ਮਾਰਕੀਟ 'ਚ, ਅਤੇ ਆਪਣਾ ਤਾਂ ਅੱਜ ਵੀ ਸੁਪਰ ਪਾਸ ਵਿਕ ਰਿਹਾ ਜੀ। ਹੈਲੋ, ਕਲਰ ਚੈੱਕ ਕਰੋ, ਬਹੁਤ ਸ਼ਾਨਦਾਰ ਆ ਪੀਸ ਦੀਦੀ। ਹੈਲੋ, ਰੇਂਜ ਮੁਤਾਬਿਕ ਚੀਜ਼ ਬਹੁਤ ਸੋਹਣੀ ਹੈ, ਆਪਣਾ ਪੀਸ ਬਹੁਤ ਪਾਸ ਦਿਖਦਾ ਜੀ। ਦੀਦੀ ਇਹਦੀ ਬੋਟਮ ਦੇ ਉੱਪਰ ਵਰਕ ਆਉਣਾ ਜੀ। ਹੈਲੋ, ਆਹ ਚੈੱਕ ਕਰੋ ਆਹ ਫੋਟੋਆਂ, ਬੋਟਮ ਦੇ ਵੀ ਕੰਮ ਕਰਵਾਈਦਾ ਜੀ। ਕੱਪੜਾ ਔਰਗੈਂਜ਼ਾ ਲਵਾਇਆ ਹੋਇਆ ਜੀ, ਔਰਗੈਂਜ਼ਾ ਬਨਾਰਸੀ। ਇਹਦੇ ਕਲਰ ਖੋਲ ਦਿੰਦਾ ਜੀ, ਕਲਰ ਰੱਖ ਦਿਓ ਇੱਦਾਂ ਹੀ। ਹੈਲੋ, ਵਰਕ ਚੈੱਕ ਕਰ ਲਓ ਦੀਦੀ, ਪੀਸ ਬਹੁਤ ਪਿਆਰਾ ਜੀ, ਸਾਰੇ ਕਲਰ ਇੱਦਾਂ ਹੀ ਲਗਾ ਦਿਓ ਜੀ। ਤੁਸੀਂ ਹੁਣ ਤੱਕ ਕਮੈਂਟ ਨਹੀਂ ਕੀਤਾ ਤਾਂ ਕਮੈਂਟ ਕਰ ਦਿਓ। ਦੇਖੋ, ਉਹ ਨਾਲ ਵਾਲੀ ਮੈਡਮ ਦੇ ਕਮੈਂਟ ਦੇ ਉੱਪਰ 8 ਲਾਈਕ ਆ ਗਏ ਆ, ਉਹਨਾਂ ਨੇ ਸੂਟ ਜਿੱਤ ਲੈਣਾ, ਤੁਸੀਂ ਰਹਿ ਜਾਣਾ। ਤਾਂ ਤੁਸੀਂ ਫਟਾਫਟ ਕਮੈਂਟ ਦੇ ਉੱਪਰ ਕਮੈਂਟ ਕਰੋ, ਸੋਹਣਾ ਜਿਹਾ ਜਿਹੜਾ ਅੱਛਾ ਲੱਗੇ, ਅਸੀਂ ਵੀ ਕਮੈਂਟ ਕਰੀਏ ਜੀ, ਅਸੀਂ ਵੀ ਲਾਈਕ ਕਰੀਏ। ਹੈਲੋ ਜੀ, ਆਹ ਕਲਰ ਚੈੱਕ ਕਰੋ ਜੀ, ਅਤੇ ਤੁਸੀਂ ਆਪਣਾ ਗਿਫਟ ਲੈ ਜਾਓ। ਨਹੀਂ ਲੈ ਕੇ ਜਾ ਸਕਦੇ, ਅਸੀਂ ਤੁਹਾਡਾ ਸੂਟ ਭੇਜਾਂਗੇ, ਨਾਲ ਭੇਜ ਦਾਂਗੇ। ਅਗਰ ਤੁਸੀਂ ਕਹੋਗੇ ਭਾਅ ਜੀ ਮੈਂ ਪਹਿਲਾਂ ਸੂਟ ਏ ਗਿਫਟ ਲੈਣਾ, ਤਾਂ ਪਹਿਲਾਂ ਸੂਟ ਏ ਗਿਫਟ ਦੇ ਦਾਂਗੇ ਜੀ। ਆਹ ਰੰਗਾ ਮੇਚੀ ਆ ਜੀ, ਸ਼ੁਕਰੀਆ ਦੀਦੀ, ਧੰਨਵਾਦ ਜੀ, ਮਿਹਰਬਾਨੀ ਜੀ। ਮਜੰਟਾ ਵੀ ਖੋਲ ਦਿੰਦਾ ਜੀ, ਖੋਲ ਦਿਓ ਜੀ, ਮਜੰਟਾ ਵੀ ਖੋਲ ਦਿਓ, ਖੋਲ ਦਿਓ ਜੀ ਮਜੰਟਾ ਵੀ। ਤਾਂ ਅਸੀਂ ਤੁਹਾਡਾ ਗਿਫਟ ਵਾਲਾ ਸੂਟ ਕੋਰੀਅਰ ਕਰਾ ਦਾਂਗੇ ਜੀ। ਲਓ ਦੀਦੀ, ਕਰੋ ਪੀਸ ਨੂੰ ਚੈੱਕ ਜੀ, ਸ਼ਾਨਦਾਰ ਆਰਟੀਕਲ ਦੀਦੀ। ਆ ਲਓ ਮਜੰਟਾ, ਬਹੁਤ ਸੋਹਣਾ ਪੀਸ ਆ ਦੀਦੀ, ਮਿਹਨਤ ਕੀਤੀ ਹੈ ਦੀਦੀ ਇੰਨੀ ਕੁ। ਤੁਸੀਂ ਇਹਨੂੰ ਆਸ਼ੀਰਵਾਦ ਦਿਓ ਜੀ ਪੂਰੇ ਤੱਕ ਜੀ, ਅੱਗੇ ਜੋ ਦੇਖਣਾ ਚਾਹੁੰਦੇ ਉਹ ਜ਼ਰੂਰ ਦੱਸ ਦਿਓ ਜੀ ਕਮੈਂਟਾਂ 'ਚ, ਤਾਂ ਅਸੀਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ ਜੀ। ਰੋਪੜ ਹੈ ਜੀ ਸ਼ੋਪ ਆਪਣੀ ਜੀ, ਧਵਨ ਸੂਟ ਐਂਡ ਸਾੜੀ ਮੇਨ ਬਾਜ਼ਾਰ ਜੀ, ਤੁਸੀਂ ਸਾਡੀ ਸ਼ੋਪ 'ਤੇ ਵਿਜ਼ਿਟ ਕਰੋ ਜੀ, ਸੋਹਣੇ ਸੋਹਣੇ ਸੂਟ ਲੈਣ ਲਈ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਮਹਾਰਾਜ ਤੁਹਾਡੇ 'ਤੇ ਕਿਰਪਾ ਕਰੇ ਜੀ ਸਾਰਿਆਂ 'ਤੇ। ਤੁਸੀਂ ਇੱਕ ਸੂਟ ਖਰੀਦਣਾ ਹੋਵੇ, ਤੁਸੀਂ 10-10 ਸੂਟ ਖਰੀਦੋ ਜੀ, ਇੰਨੀ ਕਿਰਪਾ ਕਰਨ ਜੀ ਬਾਬਾ ਜੀ ਤੁਹਾਡੇ 'ਤੇ, ਸਾਰਿਆਂ 'ਤੇ ਮਿਹਰ ਕਰਨ ਜੀ, ਸ਼ੁਕਰੀਆ ਜੀ, ਧੰਨਵਾਦ ਜੀ, ਮਿਹਰਬਾਨੀ ਜੀ।